ਅ ਜਸਪ੍ਰੀਤ ਗੁੱਡ ਮਾਰਨਿੰਗ ਬੜੇ ਦਿਨ ਬਾਅਦ ਦੇਖਿਆ ਤੁਹਾਨੂੰ ਈ ਸੋ ਵੀਡਿਓ ਹਾਂ ਗੁੱਡ ਮਾਰਨਿੰਗ ਜਸਪ੍ਰੀ ਗੁੱਡ ਮਾਰਨਿੰਗ ਸੁਖਜੀਤ ਸਤਿ ਸ਼੍ਰੀ ਅਕਾਲ ਰਜਿੰਦਰ ਅ ਹੈਲੋ ਅੱਛਾ ਉਹਦੇ ਬਾਰੇ ਵਿੱਚ ਠੀਕ ਹੈ ਯਪ ਸਰ ਗੁੱਡ ਮਾਰਨਿੰਗ ਔਰਚਡ ਵਾਲੇ ਸਰ ਓਕੇ ਠੀਕ ਹੈ ਸਰ ਅੱਜ ਬਹੁਤ ਦਿਨਵਾਦ ਆਈਆਂ ਵੈਲਕਮ ਜੀ ਵੈਲਕਮ ਠੀਕ ਹੈ ਨਵਜੀਤ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਨੇ ਅ ਸਰ ਇੱਕ ਕਰੈਕਸ਼ਨ ਕਰ ਦਿਓ ਆਪਣੇ ਰਿਕਾਰਡ ਲੈਕਚਰ ਚ ਵੀਕਲੀ ਚ करंट फ़ेयर वाले दीड़ी करेक्शन है सुखजीत ओके आ, मैं पाल कमेंट कम कमेंट सैक्शन ओके ठीक है मैं देखा नहीं देख लूंगा कोई गल नहीं जस्ट 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 ਹਾਂਜੀ ਅ ਅੱਜ ਮੈਂ ਛੁੱਟੀ ਕੀਤੀ ਹੈ ਵਾਲੀ ਸਵੇਰ ਵਾਲੀ ਸੋਕੇ ਗੁੱਡ ਮਾਰਨਿੰਗ ਗੁਰਪ੍ਰੀਤ ਸਚਰਾਕਲ ਵਿਰੇਜ ਰਿਗਾਰਡਿੰਗ ਐਮਫੈਕਸ 2020 ਐਂਡ ਟੋਰਪੈਕਸ 220 ਟੈਕਸੀ ਓਕੇ ਠੀਕ ਹੈ ਮੈਂ ਦੇਖ ਲੂੰਗਾ ਸਰ ਫਾਈਲ ਵੀ ਸ਼ੇਅਰ ਕਰ ਦਿਆ ਕਰੋ ਅੱਛਾ ਜੀ ਫਾਈਲ ਦੇ ਵਿੱਚ ਜਾਣ ਨਿਕਲ ਜਾਂਦੀ ਹੈ ਤੁਹਾਡੀ ਹਨਾ ਜੇ ਫਾਈਲ ਸ਼ੇਅਰ ਨਾ ਹੋਈ ਹੋਵੇ ਇਹ ਗੱਲ ਤਾਂ ਹੈਗੀ ਆ ਉੱਖਾ ਕਾਮੂਗਾ ਫਿਰ ਹੋ ਜਾਂਦਾ ਵੀ ਫਾਈਲ ਜੇ ਸ਼ੇਅਰ ਨਾ ਹੋਈ ਹੋਵੇ ਨਾ ਕੋਈ ਗੱਲ ਨਹੀਂ ਜੀ ਫਾਈਲ ਵੀ ਸ਼ੇਅਰ ਕਰ ਦਾਂਗੇ ਆ ਕਰ ਦੋ ਸ਼ੇਅਰ ਸਰ ਸਰ ਟਾਈਮ ਤੇ ਨੋਟੀਫਿਕੇਸ਼ਨ ਨਹੀਂ ਆਂਦਾ ਮਸਾ ਕਲਾਸ ਲੰਬੀ ਹੈ ਮੈਂ ਵੀ ਇਹੀ ਦੇਖ ਰਿਹਾ ਸੀਗਾ ਵੀ ਵਿਦ ਐਕਸਪਲੇਨੇਸ਼ਨ ਰਜਿੰਦਰ ਨੂੰ ਟਾਈਮ ਲੱਗੂਗਾ ਦੇਖ ਤੈਨੂੰ ਸਹੀ ਗੱਲ ਦੱਸਾਂ ਠੀਕ ਹੈ ਜੇ ਵਿਦਾਊਟ ਚਾਹੀਦੀ ਆਪਾਂ ਅੱਜ ਹੀ ਭੇਜ ਦਿੰਨੇ ਆ ਜਿੰਨੀ ਮਤਲਬ ਐਦਾਂ ਦੀ ਬਿਲਕੁਲ ਵਿਦਾਊਟ ਹੋਣਗੇ ਉਹਦੇ ਵਿੱਚ ਕੁਝ ਪੋਰਸ਼ਨ ਹੋਊਗਾ ਜਿਹੜਾ ਕਵਰ ਵਾਲਾ ਉਹ ਆਪਾਂ ਕਰ ਲਾਂਗੇ ਹਾਂਜੀ ਜਸਪ੍ਰਿਤ ਕਹਿੰਦਾ ਸੀਗਾ ਜੀ ਕੋਈ ਗੱਲ ਨਹੀਂ ਕਰ ਦਾਂਗੇ ਜੀ ਠੀਕ ਹੈ ਜੀ ਟਾਈਮ ਲਾ ਲਓ ਪਰ ਕਰ ਦੋ ਜੀ ਅੱਛਾ ਠੀਕ ਹੈ ਓਕੇ ਜੀ ਚਲੋ ਫਿਰ ਅੱਜ ਦੀ ਅੱਜ ਦੀ ਸ਼ੁਰੂਆਤ ਕਰਦੇ ਆਂ ठीक है आज दे अगर आप करंट फेयर देखिए ती जनवरी दिन का की है सोमवार ओके ਸਤ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ ਦੇਰੀ ਲਈ ਮਾਫੀ ਹਰਪਾਸਿੰਗ ਕੋਈ ਗੱਲ ਨਹੀਂ ਸਰ ਤबीयत કેਵੇਂ ਹੈ ਤੁਹਾਡੀ ਸੁਖਜੀਤ ਜੀ ਧੰਨਵਾਦ ਤੁਹਾਡੇ ਤੁਸੀਂ ਮੇਰਾ ਹਾਲ ਚਾਲ ਪੁੱਛਿਆ ਠੀਕ ਹੈ ਬਹੁਤ ਵਧੀਆ ਜੀ ਪਹਿਲਾਂ ਨਾਲੋਂ ਕੱਲ ਮੈਨੂੰ ਵਿੱਚ ਜੇ ਫੇਰਾ ਦੋ ਗਿਆ ਸੀ ਵੀ ਕੱਲ ਇੱਕ ਉਹ ਵਿੱਚ ਇੱਕ ਹੁਲ ਲੱਗ ਗਿਆ ਸੀ ਵੀ ਹੰਤ ਵਾਰੇ ਉਹ ਵੀ ਹਾਲਾਤ ਸ਼ੁਰੂ ਹੋ ਰਿਹਾ ਲੇਕਿਨ ਅੱਜ ਲੱਗਦਾ ਵੀ ਠੀਕ ਹੈ ਚਲੋ ਸਟਾਰਟਿੰਗ ਕਰਦੇ ਆ ਅੱਜ ਦੀ ਹਾਂਜੀ ਦੀ ਕੀ ਹੈ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰਸ ਡੇ ਉਹ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰੈਂਸ ਦਿਨ ਦੀ ਗੱਲ ਕਰੀਏ ਜਿਹੜਾ ਕਦੋਂ ਮਨਾਇਆ ਜਾਂਦਾ 27 ਜਨਵਰੀ ਨੂੰ ਮਨਾਇਆ ਜਾਂਦਾ ਕਦੋਂ 27 ਜਨਵਰੀ ਨੂੰ ਇਹ ਦਿਨ ਮਨਾਇਆ ਜਾਂਦਾ ਇਹ ਦਿਨ ਕਿਉਂ ਮਨਾਇਆ ਜਾਂਦਾ ਕਾਦਰੀ ਮਨਾਇਆ ਜਾਂਦਾ ਕਿਸ ਪਰਪਸ ਕਰਕੇ ਇਹ ਦਿਨ ਮਨਾਇਆ ਜਾਂਦਾ ਤਾਂ ਉਹਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਸੀਗੇ ਜਿਹੜੀ ਵਰਲਡ ਵਾਰ 2 ਚੱਲ ਰਹੀ ਸੀ ਉਹਦੇ ਕਰਕੇ ਇਹ ਦੇ ਸਪੈਸ਼ਲੀ ਮਨਾਇਆ ਜਾਂਦਾ ਸੀਗਾ ਉਹਦੇ ਪਿੱਛੇ ਰੀਜ਼ਨ ਕੀ ਸੀਗਾ ਓਕੇ ਠੀਕ ਹੈ ਜੀ ਬਿਲਕੁਲ ਜਾਣ ਬੁੱਝ ਕੇ ਜਿਵੇਂ ਮੇਰਾ ਕੋਈ ਸਪੈਸ਼ਲ ਧਿਆਨ ਰੱਖੂਗਾ ਹੈ ਸੁਖਜੀਤ ਕੱਲੇ ਗੱਲੇ ਬੰਦੇ ਦਾ ਐਦਾਂ ਹੀ ਹੋ ਜਾਂਦਾ ਠੀਕ ਹੈ ਜਿਹੜਾ ਕੋਈ ਹੋਵੇ ਨਾ ਉਹ ਤਾਂ ਵੈਸੇ ਹੀ ਠੀਕ ਰਹਿੰਦਾ ਆ ਹਾਂ ਇੰਟਰਨੈਸ਼ਨਲ ਹੋਲੋਕਾਸਟ ਅਗਰ ਰਿਮੈਂਬਰੈਂਸ ਦੇਦੀ ਗੱਲ ਕਰੀਏ ਹਰ ਸਾਲ 27 ਜਨਵਰੀ ਨੂੰ ਮਨਾਇਆ ਜਾਂਦਾ ਹੈ ਹੁਣ ਇਹਦੇ ਵਿੱਚ ਅਗਰ ਆਪਾਂ ਇਸ ਸਾਲ ਦੀ ਥੀਮ ਦੀ ਗੱਲ ਕਰੀ ਤਾਂ ਇਹਦੀ ਥੀਮ ਵੀ ਸੀ ਥੀਮ ਕੀ ਸੀ ਹੋਮ ਐਂਡ ਬਿਲੋਂਗਿੰਗ ਇਸ ਸਾਲ ਦੀ ਅਗਰ ਥੀਮ ਦੀ ਗੱਲ ਕਰੀਏ ਤਾਂ ਇਸ ਸਾਲ ਦੀ ਜਿਹੜੀ ਥੀਮ ਕੀ ਹੈ ਹੋਮ ਐਂਡ ਹੋਮ ਐਂਡ ਬਿਲੋਂਗਿੰਗ ਇਹ ਕੀ ਹੈ ਥੀਮ ਇਕੀ ਇਹਦੀ ਥੀਮ ਹੈ ਠੀਕ ਹੈ ਉਹ ਜਿਹੜਾ ਇਹ ਇੱਕ ਹਰ ਸਾਲ ਮਨਾਇਆ ਜਾਂਦਾ ਉਹਦੇ ਪਿੱਛੇ ਰੀਜ਼ਨ ਕੀ ਹੈ ਰੀਜ਼ਨ ਕੀ ਸੀ ਜਿਵੇਂ ਕਿ ਤੁਹਾਨੂੰ ਅੱਜ ਦੱਸਿਆ ਸੀ ਹੈ ਵਰਲਡ ਵਾਰ 2 ਦੀ ਅਗਰ ਆਪਾਂ ਗੱਲ ਕਰੀਏ ਉਸ ਟਾਈਮ ਤੇ ਜਿਹੜੇ ਆਪਣੇ ਉਹ ਸੀਗੇ ਹਿਟਲਰ ਸੀ ਉਹਨਾਂ ਵੱਲੋਂ ਕੀ ਕੀਤਾ ਗਿਆ ਸੀ ਇੱਕ ਐਕਸ਼ਨ ਲਿੱਤਾ ਗਿਆ ਸੀ ਉਹਨਾਂ ਦਾ ਕੀ ਕੰਮ ਸੀ ਵੀ ਜਿਹੜੇ ਵੀ ਸਾਰੇ ਦੇ ਸਾਰੇ ਜੂਸ ਨੇ ਉਹ ਸਾਰੇ ਦੇ ਖਤਮ ਕਰ ਦੇਣੇ ਕਿੱਥੇ ਜਿਹੜੇ ਵੀ ਜਰਮਨ ਦੇ ਵਿੱਚ ਰਹਦੇ ਨੇ ਜਾਂ ਜਰਮਨੀ ਦੇ ਵਿੱਚ ਰਹੇ ਨੇ ਉਸ ਵਕਤ ਠੀਕ ਹੈ ਅਗਰ ਆਪਾਂ ਕੋ ਟੁਕੜ ਗੱਲ ਕਰੀ ਨਾ ਤਾਂ ਬਹੁਤ ਸਾਰੇ ਲੋਕ ਮਾਰੇ ਗਏ ਸੀ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਕਿਸ ਟਾਈਮ ਪੀਰੀਅਡ ਦੀ ਗੱਲ ਕਰ ਰਿਹਾ ਮੈਂ ਅ 1933 ਤੋਂ ਲੈ ਕੇ 1945 ਦੇ ਵਿੱਚ ਗੱਲ ਕਰੀ ਤਾਂ 6 ਮਿਲੀਅਨ ਜੂਸ ਵਰ ਕਿਲਡ 6 ਮਿਲੀਅਨ ਜੂਸ ਮਾਰੇ ਗਏ 60 ਲੱਖ ਜੂਸ ਠੀਕ ਹੈ ਸਿਰਫ ਤਾਂ ਸਿਰਫ ਕਿੰਨੇ ਸਾਲ ਦੇ ਟਾਈਮ ਪੀਰੀਅਡ ਦੇ ਵਿੱਚ 12 ਸਾਲ ਦੇ ਟਾਈਮ ਪੀਰੀਅਡ ਦੇ ਵਿੱਚ 60 ਲੱਖ ਜੂਸ ਜਿਹੜੇ ਮਾਰੇ ਸਿਗੇ ਜਰਮਨੀ ਦੇ ਵਿੱਚ ਤੇ ਬਾਹਰ ਵੀ ਠੀਕ ਹੈ ਜਸਪ੍ਰੀਤ ਤੂੰ ਵੀ ਹਟ ਜਾ ਹੁਣ ਹੈ ਬਾਕੀ ਤਾਂ ਸਿਗੇ ਸਿਗੇ ਤੁਸੀਂ ਵੀ ਸ਼ੁਰੂ ਹੋਗੇ ਗੁੱਡ ਮਾਰਨਿੰਗ ਨੇਹਾ ਅ ਸ਼ਿਵਮ ਤੈਨੂੰ ਕੀ ਪਤਾ ਚਲ ਸ਼ਿਵਮ ਨੂੰ ਤੂੰ ਘਟੂ ਘਟੜਨਾਲਾ ਪਤਾ ਹੈ ਠੀਕ ਹੈ ਜੂਸ ਕੀ ਹੁੰਦਾ ਹੈ ਜੂਸ ਅ ਜਿਵੇਂ ਕਿ Hindu ਹੈ ਜਿਵੇਂ ਕਿ Sikh ਹੈ Muslim ਹੈ Isai hai ਐਦਾ ਜੂ ਵੀ ਇੱਕ ਕੀ ਹੈ ਕਾਸਟ ਹੈ ਠੀਕ ਹੈ ਕਾਸਟ ਤਾਂ ਨਹੀਂ ਰਿਲੀਜੀਅਨ ਹੈ ਠੀਕ ਹੈ ਜੂ ਵੀ ਕੀ ਹੈ ਇੱਕ ਰਿਲੀਜੀਅਨ ਹੈ ਠੀਕ ਹੈ ਜਿਹਨੂੰ ਆਪਾਂ ਜੂਇਸ਼ ਕਹਿੰਦੇ ਆ ਠੀਕ ਹੈ ਇਜ਼ਰਾਈਲ ਦੇ ਵਿੱਚ ਜ਼ਿਆਦਾਤਰ ਜੂਇਸ ਹੀ ਰਹਿੰਦੇ ਨੇ ਠੀਕ ਹੈ ਉਹਨੇ ਠੀਕ ਹੈ ਚਲੋ ਹਿਟਲਰ ਹਾਂ ਇਸ ਦਿਨ ਨੂੰ ਅਗਰ ਆਪਾਂ ਹੋਲੋਕਾਸਟ ਰਿਮੈਂਬਰ ਡੇਸ ਦੀ ਗੱਲ ਕਰੀਏ ਇਹਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਕੀ ਹੈ ਸ਼ੋਆ ਕੀ ਹੈ ਸ਼ੋਆ ਦੇ ਨਾਲ ਦੇ ਦੇ ਨਾਲ ਨਾਲ ਵੀ ਜਾਇਜ਼ ਹੁੰਦਾ ਜਿਹੜਾ ਹਿਟਲਰ ਹਿਟਲਰਾ ਕੀ ਸੀ ਫਾਈਨਲ ਸੋਲੂਸ਼ਨ ਸੀਗਾ ਵੀ ਸਾਰੇ ਸਾਰੇ ਜੀਵ ਸੀ ਖਤਮ ਕਰ ਦੇਣਾ ਪੂਰੇ ਦੇ ਪੂਰੇ ਅਰਥ ਦੇ ਉਤੋਂ ਠੀਕ ਹੈ ਤੇ ਇਹ ਡੇ ਦੀ ਗੱਲ ਕਰੀਏ 27 ਜਨਵਰੀ 2005 ਨੂੰ ਮਤਲਬ ਇਹ ਡਿਸਾਈਡ ਕੀਤਾ ਗਿਆ ਸੀ 1 ਨੰਬਰ 2005 ਨੂੰ ਵੀ ਆਪਾਂ ਇਹ ਡੇ ਮਨਾਵਾਂਗੇ ਕਿਹਦੇ ਦੁਆਰਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਜੋ ਦੁਆਰਾ ਯੂਏਜੀਏ ਦੁਆਰਾ ਇਹ ਚੀਜ਼ ਕਹੀ ਗਈ ਸੀ ਠੀਕ ਹੈ ਜੀ ਹਾਂ ਜੀ ਜੀ ਉਹ ਵੀ ਦੱਸ ਦਾਂਗੇ ਜੀ ਠੀਕ ਹੈ ਜੀ ਜਿੰਨੂੰ ਅਗੇ ਨੈਕਸਟ ਦੇਖੋ ਆਪਣੇ ਕੋਲ ਕੀ ਹੈ ਅੱਛਾ ਠੀਕ ਹੈ ਹੁਣ ਅਗਰ ਆਪਾਂ ਫਰਦਰ ਦੇਖੇ ਜੇ ਕਿ ਲਾਲਾ ਲਾਜ ਪਟਾਇਆ ਜੀ ਦੀ ਜੀ ਦੀ ਬਰਥ ਐਨੀਵਰਸਰੀ ਆਂਦੀ ਹੈ ਲਾਲਾ ਲਾਜ ਪਟਾਇਆ ਜੀ ਦੀ ਬਰਥ ਐਨੀਵਰਸਰੀ ਆਂਦੀ ਹੈ ਕਿਸ ਦਿਨ ਮਨਾਈ ਜਾਂਦੀ ਹੈ 28 ਜਨੂਈ ਨੂੰ ਕਦੋਂ 28 ਜਨੂਈ ਨੂੰ ਲਾਲਾ ਰਾਜ ਪਟਾਇਆ ਜੀ ਦੀ ਬਰਥ ਐਨੀਵਰਸਰੀ ਮਨਾਈ ਜਾਂਦੀ ਹੈ 28 ਜਨ ਠੀਕ ਹੈ ਹੁਣ ਅਗਰ ਆਪਾਂ ਇਹ ਗੱਲ ਕਰੀਏ ਕਦੋਂ ਇਹ ਪੈਦਾ ਕਦੋਂ ਹੋਈ ਸੀ ਤਾਂ 1865 ਦੀ ਗੱਲ ਹੈ ਕੋਨੋ 1865 ਦੇ ਵਿੱਚ ਇਹਨਾਂ ਦਾ ਕਿਉਂ ਆਇਆ ਸੀ ਜਨਮ ਹੋਇਆ ਸੀ ਠੀਕ ਹੈ ਹੁਣ ਲਾਲਾ ਲਾਜਪਤਰਾਏ ਬਾਰੇ ਆਪਾਂ ਮੋਟੀ ਮੋਟੀ ਗੱਲਾਂ ਕਰ ਲੈਂਦੇ ਆ ਠੀਕ ਹੈ ਜਿਹੜੀ ਆਪਾਂ ਨੂੰ ਓਨਲੀ ਪਤਾ ਹੀ ਹੈ ਠੀਕ ਹੈ ਡੁੱੜਕੇ ਮੋਗਾ ਬਿਲਕੁਜੀ ਬਿਲਕੁਲ ਡੁੱੜਕੇ ਜੋ ਪੰਜਾਬ ਦੇ ਵਿੱਚ ਹੈ ਮੋਗੇ ਦੇ ਵਿੱਚ ਆ ਉੱਥੇ ਪੈਦਾ ਹੋਏ ਸੀਗੇ ਠੀਕ ਹੈ ਇਹਨਾਂ ਨੂੰ ਹੋਰ ਵੀ ਇੱਕ ਨਾਮ ਨਾਲ ਜਾਣਿਆ ਜਾਂਦਾ ਇੱਕ ਨਹੀਂ ਵੈਸੇ ਦੋ ਅਲੱਗ-ਅਲੱਗ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਨੂੰ ਕੀ ਕਿਹਾ ਜਾਂਦਾ ਇਹਨਾਂ ਨੂੰ ਪੰਜਾਬ ਕੇਸ ਦੀ ਵੀ ਕਿਹਾ ਜਾਂਦਾ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਪੰਜਾਬ ਕੇਸਰੀ ਤੋਂ ਸਿਵਾ ਇਹਨਾਂ ਨੂੰ ਦੂਜਾ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹਾਂ ਜੀ ਫਟਾਫਟ ਐਕਸਟਰੀਮਿਸਟ ਲੀਡਰ ਬਿਲਕੁਲ ਜੀ ਬਿਲਕੁਲ ਲਾਲ ਬਲਪਲ ਬਿਲਕੁਲ ਜੀ ਬਿਲਕੁਲ ਅਗਰ ਆਪ ਉਹ ਨਹੀਂ ਗੱਲ ਕਰੀ ਜਿਹੜੇ ਤੀਨੇ ਨਰੇ ਉਹ ਟ੍ਰਾਈ ਟ੍ਰਾਇਓ ਇਹਨੇ ਰੈਡੀਕਲ ਟ੍ਰਾਈ ਸ਼ੁਰੂ ਕੀਤੀ ਅੰਗੇ ਸੀ ਲਾਲ ਬਲਪਲ ਬਿਲਕੁਲ ਜੀ ਬਿਲਕੁਲ ਸ਼ੇਰ ਏ ਪੰਜਾਬ ਬਿਲਕੁਲ ਜੀ ਬਿਲਕੁਲ ਲਾਇਨ ਕਿੰਗ ਲਾਇਨ ਆਫ ਪੰਜਾਬ ਲਾਇਨ ਆਫ ਪੰਜਾਬ ਜਾਂ ਸ਼ੇਰ ਏ ਪੰਜਾਬ ਠੀਕ ਹੈ ਇਹ ਇਹ ਦੋ ਨਾਮਾ ਨਾਲ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੂ ਜਿਹੜੇ ਆਪਾਂ ਗੱਲ ਕਰੀਏ ਲਾਲ ਬਾਲ ਪਾਲ ਉਹ ਕੀ ਸੀਗੀਆਂ ਠੀਕ ਹੈ ਲਾਲ ਬਾਲ ਪਾਲ ਇੱਕ ਤਿੰਨ ਚੀਜ਼ਾਂ ਕੀ ਸੀਗੀਆਂ ਰੈਡੀਕਲ ਟ੍ਰਾਇਓ ਜਿਨਾ ਉਹ ਰੈਡੀਕਲ ਟ੍ਰਾਇਓ ਵੀ ਕਿਹਾ ਜਾਂਦਾ ਫੇਮਸ ਰੈਡੀਕਲ ਟ੍ਰਾਇਓ ਲਾਲਾ ਲਾਜਪਤਰਾਈ ਬਾਲ ਗੰਗਾਦਰ ਤਿਲਕ ਐਂਡ ਅੱਗੇ ਦੂਜੇ ਪਾਲ ਤੇ ਆਪਣੀ ਗੁੱਲ ਕੀ ਸੀਗਾ ਅ ਬੀਪਿੰਗ ਚੰਦਰਾ ਪਾਲ ਹਨਾ ਇਹ ਤਿੰਨ ਪਰਸਨ ਸੀਗੇ ਇਹ ਸੀਗਾ ਲਾਲ ਬਾਲ ਪਾਲ है ना तिना नाम रिपीट करो फटाफट फटाफट फटावट बिल्कुल सही शिवम बिल्कुल सही बीकिंग बिपिन चंद्रापाल बिल्कुल जी बिल्कुल हाँ जी हाँ भी आवेंगे ठीक है देखो हाँ बाल गंगाधर तिलक बिपिन चंद्रापाल तो लाल लाल बहादुर शास्त्री सॉरी लाला राजपत राय ठीक है तीनों हो गए ਠੀਕ ਹੈ ਇਹਨਾਂ ਉਹ ਬਾਰ ਬਾਰ ਰਿਪੀਟ ਕਰ ਲੈ ਕੋਲ ਐਜੀ ਚੀਜ਼ਾਂ ਠੀਕ ਹੈ ਇਹਨਾਂ ਦੁਆਰਾ ਕਾਫੀ ਸਾਰੀ ਮੂਵਮੈਂਟ ਚਾਈਆਂ ਗਈਆਂ ਸੀ ਜਿਵੇਂ ਸਰਦੇਸ਼ੀ ਮੂਵਮੈਂਟ ਆ ਉਹ ਵੀ ਉਹਨਾਂ ਦੇ ਵਿੱਚ ਵੀ ਇਹ ਪਾਰਟ ਰੇ ਸੀਗੇ ਠੀਕ ਹੈ ਉਸ ਤੋਂ ਸਿਵਾ ਅਗਰ ਗੱਲ ਕਰੀਏ ਤਾਂ ਇਹਨਾਂ ਇਹਨਾਂ ਨੇ ਇੱਕ ਬੈਂਕ ਵੀ ਸ਼ੁਰੂ ਕੀਤਾ ਸੀ ਫਾਊਂਡੇਸ਼ਨ ਸਟੋਨ ਰੱਖਿਆ ਸੀ ਕਿ ਨਾ ਇੱਕ ਬੈਂਕ ਦਾ ਕਿਹੜੇ ਬੈਂਕ ਦੀ ਗੱਲ ਕਰ ਰਹੇ ਆ ਗੁੱਡ ਮਾਰਨਿੰਗ ਐਨੀਮਲ ਕਿਹੜੇ ਬੈਂਕ ਦੀ ਗੱਲ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਸਰਦੇਸ਼ੀ ਮੀਟਿੰਗ 1920 ਦਸੰਬਰ ਸੈਸ਼ਨ ਕੋਲਕਾ ਬਿਲਕੁਲ ਜੀ ਬਿਲਕੁਲ ਠੀਕ ਹੈ ਪੀ ਐਨ ਬੀ ਬਿਲਕੁਲ ਜੀ ਬਿਲਕੁਲ ਸਹੀ ਕਿ ਇਹ ਆਪਣੇ ਕੋਲ ਪੀ ਐਨ ਬੀ ਪੰਜਾਬ ਨੈਸ਼ਨਲ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਇਹਨਾਂ ਨੇ ਕੀ ਰੱਖੀ ਸੀ ਫਾਊਂਡੇਸ਼ਨ ਰੱਖੀ ਸੀਗੀ ਇਨੀਸ਼ੀਏਟਿਵ ਇਹਨਾਂ ਨੇ ਕੀਤਾ ਸੀਗਾ ਮੇਰਾ ਅਕਾਊਂਟ ਹੈ ਜਦੋਂ ਮੁਬਾਰਕਾ ਜੀ ਮੁਬਾਰਕਾ ਤੁਹਾਨੂੰ ਠੀਕ ਹੈ ਜੀ ਉਹਨ ਮੋਟੀਆਂ ਮੋਟੀਆਂ ਕੁਝ ਗੱਲਾਂ ਦੇਖ ਲਿਆ ਹੋਰ ਅ ਜੇ ਦੇਖ ਲੈਣੇ ਕੁਝ ਕੰਮ ਦੀ ਹੈ ਠੀਕ ਹੈ ਗਵਰਨਮੈਂਟ ਕਾਲਜ ਸਟੱਡੀ ਕਿੱਥਾ ਸੀਗਾ ਇਹਨਾਂ ਨੇ ਲਾਅ ਸਟੱਡੀ ਕੀਤੀ ਸੀ ਜਿਹੜੇ ਚ 1980 80 ਦੇ ਵਿੱਚ ਜੁਆਇਨ ਕੀਤਾ ਸੀ ਕਿੱਥੇ ਲਾਹੌਰ ਦੇ ਵਿੱਚ ਜਾ ਕੇ ਇਹਨਾਂ ਨੇ ਪੜ੍ਹਿਆ ਗਿਆ ਸੀ ਉਸ ਤੋਂ ਬਾਅਦ ਫ੍ਰੀडम फाइਟਰ ਨਾਲ ਇਹਨਾਂ ਦੀ ਲਿੰਕ ਬਣਨੇ ਸ਼ੁਰੂ ਹੋ ਗਏ ਸੀ ਕਿ ਉੱਥੇ ਜਰੋ ਇਹਨਾਂ ਨੇ ਬਾਕੀ ਲੋਕਾਂ ਨੂੰ ਸੁਣਨਾ ਸ਼ੁਰੂ ਕੀਤਾ ਜਿਹਦੇ ਵਿੱਚ ਲਾਲ ਕੋਣ ਆ ਜਾਂਦਾ ਲਾਲਾ ਹੰਸਰਾਜ ਜੀ ਆ ਜਾਂਦੇ ਤੇ ਪੰਡਿਤ ਪੰਡਿਤ ਕੌਣ ਸੀ ਗੁਰੂ ਦੱਤ ਇਹ ਦੋਨਾਂ ਨੂੰ ਇਹਨਾਂ ਸੁਣਨ ਤੋਂ ਬਾਅਦ ਹੀ ਇਹ ਕਾਫੀ ਇਨਫਲੂਐਂਸ ਹੋਏ ਸੀ ਜਿਹੜੇ ਕਰਕੇ ਇਹ ਵੀ ਫ੍ਰੀडम फाइਟਰ ਦੇ ਵਿੱਚ ਮਤਲਬ ਇਹਨਾਂ ਦੇ ਵੀ ਹਿੱਸ ਉਸ ਤੋਂ ਫਰਦਰ ਅਗਰ ਆਪਾਂ ਅ ਦੇਖੀਏ ਕੁਝ ਹੋਰ ਠੀਕ ਹੈ ਐਸਟੈਬਲਿਸ਼ ਨੈਸ਼ਨਲਿਸਟ ਕਿਹੜੀ ਆਪਣੇ ਕੋਲ ਕੀ ਆ ਗਿਆ ਦਿਆਨੰਦ ਐਂਗਲੋ ਵੈਦਿਕ ਸਕੂਲ ਐਂਡ ਬੀਕਮ தி ਫਾਲੋਅਰ ਆਫ ਦਿਆਨੰਦ ਸਰਸਵਤੀ ਇਹਨਾਂ ਨੇ ਬੱਚੋ ਹੈਲਪ ਵੀ ਕੀਤੀ ਸੀ ਕਾਦੇ ਜਿਹੜਾ ਇੱਕ ਸਕੂਲ ਸੀਗਾ ਉਹ ਸ਼ੁਰੂ ਕਰਨ ਦੀ ਉਸ ਤੋਂ ਬਾਅਦ ਇਹ ਕੀ ਬਣ ਗਈ ਸੀ ਫਾਲੋਅਰ ਵੀ ਬਣ ਗਈ ਸੀ ਕਾਦੇ ਦਿਆਨੰਦ ਸਰਸਵਤੀ ਦੇ ਕਿਰੇ ਦਿਆਨੰਦ ਸਰਸਵਤੀ ਦੇ ਫਾਲੋਅਰ ਵੀ ਬਣ ਗਈ ਸੀ ਕੁਝ ਨੇ ਲਾਰਲੀ ਪ੍ਰੈਕਟਿਸ ਵੀ ਕੀਤੀ ਆ ਉਸ ਤੋਂ ਬਾਅਦ 1914 ਤੋਂ ਬਾਅਦ ਠੀਕ ਹੈ 1914 ਦੇ ਵਿੱਚ ਇਹਨਾਂ ਨੇ ਫੁੱਲੀ ਆਪਣੇ ਆਪ ਨੂੰ ਫ੍ਰੀडम फाइਟਰ ਕਹਿਤਾ ਸੀਗਾ ਤੇ ਜੋ ਵੀ ਇਹ ਕੰਮ ਕਰਦੇ ਸਾਰੇ ਸਾਰਾ ਇੰਡੀਆ ਦੀ ਫ੍ਰੀडम ਦੇ ਰਿਲੇਟਡ ਹੀ ਕਰ ਰਹੇ ਸੀਗੇ ਠੀਕ ਹੈ ਇਹਨਾਂ ਨੂੰ ਜੇਲ ਵੀ ਹੋਈ ਸੀ ਤੇ ਜੇਲ ਦੀ ਗੱਲ ਕਰੀਏ ਜੇਲ ਚੋਂ ਕਦੋਂ ਬਾਹਰ ਨਿਕਲੇ ਸੀ ਜੇਲ ਚੋਂ ਇਹ ਬਾਹਰ ਨਿਕਲੇ ਸੀ 1920 ਨਹੀਂ ਜੇਲ ਚੋਂ ਬਾਹਰ ਨਿਕਲੇ ਸੀ 28 ਦੇ ਵਿੱਚ ਹੈ ਨਾ ਜੇਲ ਦੇ ਵਿੱਚ ਪਾਇਆ ਗਿਆ ਸੀ 1918 ਜੇਲ ਦੇ ਵਿੱਚ ਕਦੋਂ ਬਾਹਰ ਨਿਕਲੇ ਸੀ ਚਲੋ 1928 ਦੇ ਵਿੱਚ ਤਾਂ ਸੈਟਅਪ ਕੀਤਾ ਸਾਈਮਨ ਕਮਿਸ਼ਨ ਦੀ ਲਾਰੇ ਲਾਇਏ ਸੀਗੇ ਠੀਕ ਹੈ ਸਾਈਮਨ ਗੋ ਬੈਕ ਠੀਕ ਹੈ ਉਸ ਤੋਂ ਪਹਿਲਾਂ ਦੀ ਗੱਲ ਹੈ ਠੀਕ ਹੈ ਜੇਲ੍ਹ ਦੇ ਵਿੱਚ ਵੀ ਭੇਜਿਆ ਗਿਆ ਸੀ ਗੁੱਡ ਮਾਰਨਿੰਗ ਅੱਛਾ ਗੁੱਡ ਮਾਰਨਿੰਗ ਚੱਲਦੀਆਂ ਰਹੀਆਂ ਸਾਰਿਆਂ ਦੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਠੀਕਾ ਆਜੋ ਪਹੁੰਚੋ ਹੁਮ ਹਮਾ ਕੇ ਬਿਲਕੁਲ ਜੀ ਬਿਲਕੁਲ ਚਲੋ ਜੀ ਅ ਅ ਅ ਚਲੋ ਠੀਕ ਹੈ ਇਨਫ ਹੈ ਵੈਸੇ ਠੀਕ ਹੈ ਹਾਂ ਅਗਰ ਇਹਨਾਂ ਦੀ ਗੱਲ ਕਰੀਏ ਇਹਨਾਂ ਨੇ ਕੁਝ ਬੁੱਕਸ ਵੀ ਲਿਖੀਆਂ ਹੋਈਆਂ ਜਿਹੜੀਆਂ ਆਪਣੇ ਲਈ ਬਹੁਤ ਇੰਪੋਰਟੈਂਟ ਪਾ ਸਕਦੀਆਂ ਬੁੱਕ ਦੀ ਗੱਲ ਕਰੀਏ ਬੁੱਕ ਤੇ ਇੱਕ ਵਾਰ ਨਿਗਾਹ ਮਾਰ ਲਿਓ ਕੱਲੇ ਕੱਲੇ ਦੀ ਸਟੋਰੀ ਆਫ ਮਾਈ ਰਿਪੋਰਟੇਸ਼ਨ ਕਿ 1908 ਦੇ ਵਿੱਚ ਆਰਐਸ ਸਮਾਜ 1915 ਦੇ ਵਿੱਚ ਯੂਨਾਈਟਿਡ ਸਟੇਟਸ ਅਮਰੀਕਾ ਦੇ ਹਿੰਦੂ ਇੰਪ੍ਰੈਸ਼ਨ 1916 ਦੇ ਵਿੱਚ ਦੀ ਪ੍ਰੋਬਲਮ ਆਫ ਨੈਸ਼ਨਲ ਐਜੂਕੇਸ਼ਨ ਇਨ ਇੰਡੀਆ 1920 ਦੇ ਵਿੱਚ ਅਨਹੈਪੀ ਇੰਡੀਆ 1928 ਦੇ ਵਿੱਚ ਇੰਗਲੈਂਡ ਇੰਗਲੈਂਡਸ ਡੈਟ ਟੂ ਇੰਡੀਆ 1917 ਵਿੱਚ ਯੰਗ ਇੰਡੀਆ ਐਂਡ ਇੰਟਰਪ੍ਰੀਟੇਸ਼ਨ ਐਂਡ ਦੀ ਹਿਸਟਰੀ ਆਫ ਨੈਸ਼ਨਲਿਸਟ ਮੂਵਮੈਂਟ ਵਿਦੀਨ ਫਰੋਮ ਵਿਦੀਨ ਮਤਲਬ ਜਿਹੜੀ ਅੰਦਰ ਹੀ ਚੱਲਦੀ ਹੈ ਇੰਡੀਆ ਦੇ ਇਹ ਸਾਰੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦੁਆਰਾ ਲਿਖੀਆਂ ਗਈਆਂ ਤੇ ਸਾਦੀਆਂ ਦੇ ਸਾਦੀਆਂ ਹੀ ਬੁੱਕਸ ਆਪਣੇ ਲਈ ਕੀ ਨੇ ਇੰਪੋਰਟੈਂਟ ਨੇ ਮੁਸਾਦ ਤੇਰੇ ਮੂੰਹ ਹੈ ਜੀ ਗੱਲਾਂ ਸਹੀ ਨਹੀਂ ਲੱਗਦੀਆਂ ਠੀਕ ਹੈ ਆ ਓਕੇ ਅੱਜ ਦੇ ਦਿਨ ਦੀ ਗੱਲ ਕਰੀਏ 30 ਜਨਵਰੀ 30 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ 30 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ ਤਾ ਅਗਰ ਗੱਲ ਕਰੀਏ ਮਹਾਤਮਾ ਗਾਂਧੀ ਦੀ ਗਾਂਧੀ ਜੀ ਦੀ ਜਿਹੜੀ ਡੈਥ ਐਨੀਵਰਸਰੀ ਆ ਕਦੋਂ ਮਨਾਇ ਜਾਂਦੀ ਆ 30 ਜਨਵਰੀ ਨੂੰ ਕਦੋਂ ਮਨਾਇ ਜਾਂਦੀ ਆ 30 ਜਨਵਰੀ ਨੂੰ ਠੀਕ ਹੈ ਹੁਣ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਫਾਦਰ ਆਫ ਨੇਸ਼ਨ ਵੀ ਕਹਿੰਦੇ ਆ ਜਿਹੜਾ ਆਪਾਂ ਸਾਰਿਆਂ ਨੂੰ ਪਤਾ ਹੈ ਮਹਾਤਮਾ ਗਾਂਧੀ ਦੇ ਨਾਮ ਨਾਲ ਬਹੁਤ ਜ਼ਿਆਦਾ ਜਾਣੇ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਫੱਦਰ ਅਗਰ ਆਪਾਂ ਗੱਲ ਕਰੀਏ ਇਹਨਾਂ ਨੇ ਜਿਹੜੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਕੀਤੀ ਹੈ ਆਂਡੀਆਂ ਦੀ ਇੰਡੀਪੈਂਡੈਂਸ ਦੇ ਵਿੱਚ ਉਹ ਇਹਨਾਂ ਨੇ ਜਿਸ ਤਰੀਕੇ ਨਾਲ ਕੀਤੀ ਹੈ ਉਹ ਕਾਫੀ ਮਤਲਬ ਪ੍ਰਸਾਹਿਤ ਕੀਤੀ ਜਾਂਦੀ ਹੈ ਮਤਲਬ ਕਾਫੀ ਪ੍ਰਸਿੱਧ ਹੈ ਜਿਵੇਂ ਕਿ ਨੌਨ ਵਾਇਲੈਂਸ ਐਂਡ ਪੀਸਫੁਲ ਮੈਥਡ ਜਿਹੜੇ ਇਹਨਾਂ ਨੇ ਯੂਜ਼ ਕੀਤੇ ਸੀਗੇ ਠੀਕ ਹੈ ਨੌਨ ਵਾਇਲੈਂਸ ਐਂਡ ਪੀਸਫੁਲ ਮੈਥਡ ਜਿਹੜੇ ਇਹਨਾਂ ਨੇ ਯੂਜ਼ ਕੀਤੇ ਸੀ ਹੁਣ ਜੇ ਇਹਦੇ ਵਿੱਚ ਅਗਰ ਆਪਾਂ ਡੈਥ ਐਨੀਵਰਸਰੀ ਗੱਲ ਕਰੀਏ ਤਾਂ ਇੱਕ ਛੋਟਾ ਜਿਹਾ ਨਾਮ ਜਿਹੜਾ ਆਪਾਂ ਉਹ ਵੀ ਅੱਜ ਮਤਲਬ ਕੀ ਕਰਾਂਗੇ ਉਹਨੂੰ ਦੇਖਾਂਗੇ ਤਾਂ ਜਿਹਦਾ ਵੱਲੋਂ ਸ਼ੂਟ ਕੀਤਾ ਗਿਆ ਸੀ ਬਿਲਕੁਲ ਜੀ ਬਿਲਕੁਲ ਸਹੀ ਰਜਿੰਦਰ ਤਾਂ ਆਪਣੇ ਕੋਲ ਕੀ ਆ ਜੂਗਾ ਨੱਥੂ ਰਾਮ ਗੌਰసే ਇਹਨਾਂ ਵੱਲੋਂ ਇਹਨਾਂ ਸ਼ੂਟ ਕੀਤਾ ਗਿਆ ਸੀ ਤੇ ਜਿੱਥੇ ਸ਼ੂਟ ਕੀਤਾ ਗਿਆ ਸੀ ਜਿਹੜੀ ਜਗ੍ਹਾ ਤੇ ਸ਼ੂਟ ਕੀਤਾ ਗਿਆ ਸੀ ਉਹ ਜਗ੍ਹਾ ਦਾ ਨਾਮ ਕੀ ਸੀ ਬਿਰਲਾ ਹਾਊਸ ਉਹ ਜਗ੍ਹਾ ਦਾ ਨਾਮ ਕੀ ਸੀ ਬਿਰਲਾ ਹਾਊਸ ਬਾਕੀ ਮੋਟੀ ਮੋਟੀ ਡਿਟੇਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀ ਇੰਪੋਰਟੈਂਟ ਕੁਝ ਹੈਗੀ ਆ ਉਹ ਮੈਂ ਦੱਸ ਦਿਆ ਤੇ ਕਿਹੜੇ ਸਾਲ ਦੇ ਵਿੱਚ ਹੋਈ ਸੀ 1948 ਦੇ ਵਿੱਚ 1948 ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀ ਠੀਕ ਹੈ ਜੀ ਬਿਲਕੁਲ ਹਾਊਸ ਬਿਲਕੁਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਉਸ ਤੋਂ ਬਾਅਦ ਹੀ ਮਤਲਬ ਰੀਸੈਂਟਲੀ ਕੁਝ ਸਾਲ ਪਹਿਲਾਂ ਹੀ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕੀਤਾ ਸੀਗਾ ਵੀ ਅਸੀਂ 30 ਜਨਵਰੀ ਨੂੰ ਕੀ ਬਣਾਵਾਂਗੇ 30 ਜਨਵਰੀ ਨੂੰ ਆਪਾਂ ਸ਼ਹੀਦੀ ਦਿਵਸ ਬਣਾਵਾਂਗੇ ਜਾਂ ਮੈਟਰਡੇ ਆਪਾਂ ਸੈਲੀਬ੍ਰੇਟ ਕਰਾਂਗੇ ਹਰ ਸਾਲ ਠੀਕ ਹੈ ਜੀ ਸਾਲ ਦੇ ਵਿੱਚ ਦੋ ਵਾਰ ਸੈਲੀਬ੍ਰੇਟ ਕੀਤਾ ਜਾਂਦਾ ਕੀ ਚੀਜ਼ ਸ਼ਹੀਦੀ ਦਿਵਸ ਹ ਨੈਕਸਟ ਦੇਖੋ ਵਰਲਡ ਲੈਪਰੋਸੀ एरेडिकेशन डे ओके ਲੈ ਅ ਵਰਲਡ ਲੈਪਰੋਸੀ ਰੈਡੀਕੇਸ਼ਨ ਡੇ ਦੀ ਗੱਲ ਕਰੀਏ ਹੁਣ ਇਹਦੇ ਵਿੱਚ ਥੋੜੀ ਕਨਫਿਊਜ਼ਨ ਹੋ ਸਕਦੀ ਹੈ ਤੁਹਾਨੂੰ ਠੀਕ ਹੈ ਹੁਣ ਇਹਦੇ ਵਿੱਚ ਕਨਫਿਊਜ਼ਨ ਕੀ ਹੋ ਸਕਦੀ ਹੈ ਅਗਰ ਆਪਾਂ ਵਰਲਡ ਦੇ ਅਕੋਰਡਿੰਗ ਚੱਲੀਏ ਅਗਰ ਆਪਾਂ ਵਰਲਡ ਦੇ ਵਿੱਚ ਫੋਕਸ ਕਰੀਏ ਤਾਂ ਇਹ ਦਿਨ ਕਦੋਂ ਮਨਾਇਆ ਜਾਂਦਾ 30 ਜਨਵਰੀ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਕਦੋਂ ਮਨਾਇਆ ਜਾਂਦਾ 30 ਜਨਵਰੀ ਨੂੰ ਮਨਾਇਆ ਜਾਂਦਾ ਹੈ ਲੇਕਿਨ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਸੌਰੀ ਥੋੜਾ ਗਲਤ ਕਹਤਾ ਸੋੜਾ ਉਲਟਾ ਦੱਸਦਾ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਇਹ ਦਿਨ ਕਰੋ ਬਣਾਇਆ ਜਾਂਦਾ 30 ਜਨਵਰੀ ਨੂੰ ਬਣਾਇਆ ਜਾਂਦਾ ਉਹਦੇ ਪਿੱਛੇ ਰੀਜ਼ਨ ਕੀ ਹੈ ਉਹਦੇ ਪਿੱਛੇ ਰੀਜ਼ਨ ਆਪਣੇ ਕੋਲ ਕੀ ਸੀਗਾ ਮਹਾਤਮਾ ਗਾਂਧੀ ਜੀ ਦੀ ਡੈਥ ਅਨਿਵਰਸਰੀ ਤੇ ਹੀ ਇਹਦੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਲੇਕਿਨ ਅਗਰ ਆਪਾਂ ਵਰਲਡ ਦੀ ਗੱਲ ਕਰੀਏ ਜਿਹੜਾ ਵਰਲਡ ਹੈ ਵਰਲਡ ਦੇ ਵਿੱਚ ਇਹਦੇ ਕਦੋਂ ਬਣਾਇਆ ਜਾਂਦਾ ਵਰਲਡ ਦੇ ਵਿੱਚ ਇਹਦਾ ਕੀ ਹੈ ਲਾਸਟ ਸੰਡੇ ਆਫ ਜਨਵਰੀ ਲਾਸਟ ਸੰਡੇ ਆਫ ਜਨਵਰੀ ਵਾਲੇ ਦਿਨ ਇਹਦੇ ਮਨਾਇਆ ਜਾਂਦਾ ਹੈ ਵਰਲਡ ਦੇ ਵਿੱਚ ਲੇਕਿਨ ਇੰਡੀਆ ਦੇ ਵਿੱਚ ਕਰੋ ਮਨਾਇਆ ਜਾਂਦਾ 30 ਜਨਵਰੀ ਨੂੰ ਇੰਡੀਆ ਦੇ ਵਿੱਚ ਕਰੋ ਮਨਾਇਆ ਜਾਂਦਾ 30 ਜਨਵਰੀ ਨੂੰ ਵਰਲਡ ਦੇ ਵਿੱਚ ਕਰੋ ਮਨਾਇਆ ਜਾਂਦਾ ਜਿਹੜਾ ਲਾਸਟ ਸੰਡੇ ਉਹਦਾ ਜਨਵਰੀ ਦਾ ਅਗਰ ਆਪਾਂ ਇਸ ਅਮਨਰੀ ਜਨਵਰੀ ਦੀ ਗੱਲ ਕਰੀਏ 2023 ਦੀ ਤਾਂ ਇਹਦੇ ਇਹਦੇ ਵਿੱਚ ਜਨਵਰੀ ਕਰੋ ਆਇਆ ਸੀ 29 ਜਨਵਰੀ ਨੂੰ ਕਰੋ ਆਇਆ ਸੀ 29 ਜਨਵਰੀ ਨੂੰ ਲੇਕਿਨ ਇੰਡੀਆ ਦੇ ਵਿੱਚ ਕਰੋ ਸੈਲੀਬ੍ਰੇਟ ਕੀਤਾ ਜਾਂਦਾ ਹੈ 30 ਜਨੂਰ ਨੂੰ ਇੰਡੀਆ ਦੇ ਵਿੱਚ ਕਰੋ ਸੈਲਿਬ੍ਰੇਟ ਕੀਤਾ ਜਾਂਦਾ ਹੈ 30 ਜਨੂਰ ਨੂੰ ਇਹਦੇ ਵਿੱਚ ਹਲਕੀ ਜੀ ਚੀਜ਼ ਦੀ ਥੋੜੀ ਫੋਕਸ ਰੱਖਣਾ ਠੀਕ ਹੈ ਲਾਸਟ ਸੰਡੇ ਆਫ ਜਨਵਰੀ ਬਿਲਕੁਲ ਜੀ ਬਿਲਕੁਲ ਸਹੀ ਠੀਕ ਹੈ ਖੁਸ਼ੀ ਰੋਗ ਥੀਮ ਦੱਸ ਦਿਓ ਸਰ ਬਿਲਕੁਲ ਜੀ ਬਿਲਕੁਲ ਥੀਮ ਕੀ ਹੈ ਐਕਟ ਨਾਓ ਐਂਡ ਲੈਪਰੋਸੀ ਇੱਕ ਹੀ ਰੀ ਥੀਮ ਹੈ ਐਕਟ ਨਾਓ ਐਂਡ ਲੈਪਰੋਸੀ ਠੀਕ ਹੈ ਵਿਲਾਪ੍ਰੋਸਿਨਾ ਪਾ ਖਤਮ ਕਰਨਾ ਤੇ ਨਾ ਕੀ ਗਣਾਓ ਮਤਲਬ ਹੁਣੀ ਤੋਂ ਐਕਟ ਕਰਨਾ ਸ਼ੁਰੂ ਕਰੋ ਜੋ ਕੀ ਹੈ ਦੀ ਇਸ ਵਾਰ ਦੀ 2023 ਦੀ ਥੀਮ ਓਕੇ ਜੀ ਆ ਇਹ ਹੋ ਗਿਆ ਇਹ ਹੋ ਗਿਆ ਕਿ ਰੇਸ ਅਵੇਰਨੈਸ ਕਰਨੀ ਹੈ ਕੱਦ ਲਈ ਜਿਹੜਾ ਡੈਡਲੀ ਐਂਸ਼ੀਅੰਟ ਡਿਜ਼ੀਜ਼ ਹੈ ਕੀ ਕਿਹਾ ਜਾਂਦਾ ਇਹਨੂੰ ਡੈਡਲੀ ਐਂਸ਼ੀਅੰਟ ਡਿਜ਼ੀਜ਼ ਵੀ ਕਿਹਾ ਜਾਂਦਾ ਕਿਉਂਕਿ ਕਾਫੀ ਸਾਲ ਪੁਰਾਣਾ ਡਿਜ਼ੀਜ਼ ਹੈ ਚੱਲਦਾ ਆ ਰਿਹਾ ਠੀਕ ਹੈ ਉਸ ਦਾ ਫਰਦਾ ਗੱਲ ਕਰੀਏ ਦੀ ਡੇ ਵਾਸ ਇਨੀਸ਼ੀਏਟਿ ਜਿਹੜਾ 30 ਜਨਵਰੀ ਆ ਜਾਂ ਮਤਲਬ ਲਾਸਟ ਸੰਡੇ ਆਉ ਕਿਉਂ ਹੋਇਆ ਇਨ 1954 ਅ ਫ੍ਰੈਂਚ ਫਿਲੈਂਥਰੋਪਿਸਟ ਐਂਡ ਰਾਈਟਰ ਕੌ ਫੋਲੇਰੋ ਲੋਲ ਫੋਲੇਰੋ ਉਹਨਾਂ ਦੇ ਕਰਕੇ ਹੀ ਮਤਲਬ ਜਿਹੜੇ ਉਹਨਾਂ ਨੇ ਕੀ ਕੀਤੀ ਸੀ ਟ੍ਰਿਬਿਊਟ ਕੀਤੀ ਸੀ ਇਸ ਦਿਨ ਦੀ ਵੀ ਆਪਾਂ ਇਹਦੇ ਕੋਲ ਬਣਾਵਾਂਗੇ ਉਸ ਦਿਨ ਬਣਾਵਾਂਗੇ ਜਿਸ ਦਿਨ ਮਹਾਤਮਾ ਗਾਂਧੀ ਦੀ ਕਿਉ ਸੀ ਮਹਾਤਮਾ ਗਾਂਧੀ ਦੀ ਲਾਈਫ ਤੇ ਇਹਨਾਂ ਨੇ ਟ੍ਰਿਬਿਊਟ ਕਰਤਾ ਸੀ ਸਾਰਾ ਸਾਰਾ ਜਿਹਦੇ ਕਰਕੇ ਇਹ ਦਿਨ ਜਿਹਦੇ ਕਰਕੇ ਇਹ ਦਿਨ 29 ਜਨਵਰੀ ਨੂੰ ਜਨਰਲੀ ਮਨਾਇਆ ਜਾਂਦਾ ਜਾਂ ਮਤਲਬ ਲਾਸਟ ਸੰਡੇ ਆਫ ਜਨਵਰੀ ਮਨਾਇਆ ਜਾਂਦਾ ਲੇਕਿਨ ਇੰਡੀਆ ਦੇ ਵਿੱਚ ਹੈ ਹਮੇਸ਼ਾ 30 ਜਨਵਰੀ ਨੂੰ ਹੀ ਮਨਾਇਆ ਜਾਂਦਾ ਹੁਣ ਲੈਪਰੋਸੀ ਹੈ ਕਿ ਲੈਪਰੋਸੀ ਕੀ ਹੈ ਇੱਕ ਡਿਜ਼ੀਜ਼ ਹੈ ਠੀਕ ਹੈ ਜਿਹੜਾ ਡਿਜ਼ੀਜ਼ ਆ ਡਿਜ਼ੀਜ਼ ਕੀ ਕਰਦਾ ਮਤਲਬ ਅੰਸ਼ਰੀ ਨੂੰ ਖਤਮ ਕਰਨਾ ਸ਼ੁਰੂ ਕਰਦਾ ਜਿਵੇਂ ਤੁਸੀਂ ਆਲਰੇਡੀ ਪੰਜਾਬੀ ਦੇ ਵਿਚਨਾ ਲਿਖਿਆ ਸੀਗਾ ਠੀਕ ਹੈ ਜਿਹਦੇ ਵਿੱਚ ਆਪਣੇ ਕੋਲ ਕੀ ਜਾਂਦਾ ਖੂਸ਼ੀ ਰੋਗ ਆ ਜਾਂਦਾ ਠੀਕ ਹੈ ਉਹੀ ਗੱਲ ਕਰੀਏ ਤਾਂ ਇਹਦੇ ਵਿੱਚ ਡਿਜ਼ੀਜ਼ ਜਿਹੜਾ ਕਿਉਂ ਹੁੰਦਾ ਕਿਹੜੇ ਰੀਜਨ ਕਰਕੇ ਹੁੰਦਾ ਤਾਂ ਆਪਣੇ ਕੋਲ ਕੀ ਆ ਜੂਗਾ ਬੈਸੀਲਸ ਮੈਕੋਬੈਕਟੀਰੀਅਮ ਲੈਪਰੇ ਠੀਕ ਹੈ ਇਹੇ ਕਰਕੇ ਜਿਹੜਾ ਇਹ ਡਿਜ਼ੀਜ਼ ਹੈ ਕੀ ਕਰਦਾ ਹੈ ਸਰੀਰ ਦਾ ਅੰਦਰ ਉਹ ਮਤਲਬ ਥੋੜੇ ਥੋੜੇ ਟਾਈਮ ਪੀਰੀਅਡ ਦੇ ਵਿੱਚ ਮਤਲਬ ਇਨਫੈਕਸ਼ਨ ਜਿਹੜੀ ਕ੍ਰੀਏਟ ਕਰ ਦਿੰਦਾ ਰਹਿੰਦਾ ਹੈ ਮਤਲਬ ਜਿਹੜਾ ਇਹ ਕਾਫੀ ਲੰਬੇ ਟਾਈਮ ਤੱਕ ਇਹ ਚੱਲਦਾ ਰਹਿੰਦਾ ਠੀਕ ਹੈ ਜਿਹਦੇ ਵਿੱਚ ਬਾਅਦ ਤੋਂ ਐਟ ਦੀ ਐਂਡ ਕੀ ਹੁੰਦੀ ਹੈ ਬਰੀਥਿੰਗ ਵੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਠੀਕ ਹੈ ਤੇ ਆਈਸ ਦੇ ਵਿੱਚ ਵੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ नेक्स्ट देखो अपने को कनेडा टू बिल्ड वर्ल्ड फर्स्ट फोटोनिक बेस्ड क्वांटम कंप्यूटर कनेडा जा रहा है वर्ल्ड का सब तो पहला फोटोनिक बेस्ड क्वांटम कंप्यूटर बनाया जा रहा है फोटोनिक बेस्ड क्वांटम कंप्यूटर बनाया जा रहा है वर्ल्ड का सब तो पहला बिल्कुल जी बिल्कुल न्यूटी इफेक्ट कर ਹਾਂ ਪ੍ਰਾਈਮ ਮਿਨਿਸਟਰ ਕੌਣ ਨੇ ਕੈਨੇਡਾ ਦੇ ਤਾਂ ਆਪਣੇ ਕੋਲ ਕਿ ਅਗਰ ਜਸਟਿਨ ਟਰੂਡੋ ਠੀਕ ਹੈ ਉਹਨਾਂ ਵੱਲੋਂ ਇੱਕ ਮਤਲਬ ਅਨਾਉਂਸਮੈਂਟ ਕੀਤੀ ਗਈ ਸੀ ਕਿ ਉਹਨਾਂ ਵੀ ਉਹ ਕੀ ਕਰਨਗੇ ਵਰਲਡ ਦਾ ਸਭ ਤੋਂ ਪਹਿਲਾ ਜਿਹੜਾ ਫੋਟੋਨਿਕ ਬੇਸਡ ਕੰਪਿਊਟਿੰਗ ਕੰਪਿਊਟਰ ਉਹ ਬਣਾਣਗੇ ਉਹਦੇ ਕਰਕੇ ਠੀਕ ਹੈ ਉਹਦੇ ਲਈ ਉਹਨਾਂ ਨੇ ਕੀ ਦਿੱਤੀ ਹੈ ਫੰਡਿੰਗ ਵੀ ਦਿੱਤੀ ਹੈ ਫੰਡਿੰਗ ਵੀ ਛੋਟੀ-ਬੋਟੀ ਫੰਡਿੰਗ ਨਹੀਂ ਦਿੱਤੀ ਕੈਨੇਡੀਅਨ 40 ਮਿਲੀਅਨ ਡਾਲਰ ਦਿੱਤਾ ਕਿ ਕੈਨੇਡੀਅਨ 40 ਮਿਲੀਅਨ ਜੇ ਅਗਰ ਆਪਾਂ ਯੂਐਸ ਦੇ ਅਕੋਰਡਿੰਗ ਗੱਲ ਕਰੀ ਤਾਂ ਕਿੰਨੇ ਮਿਲ ਜਾਂਦੇ 32 ਮਿਲੀਅਨ ਬਣ ਜਾਂਦੇ ਯੂਐਸ ਦੇ ਅਕੋਰਡਿੰਗ ਕਿੰਨੇ ਬਣਦੇ 32 ਮਿਲੀਅਨ ਲੇਕਿ ਕੈਨੇਡੀਅਨ ਡਾਲਰ ਕਿੰਨੇ ਦਿੱਤੇ ਹੈ 40 ਮਿਲੀਅਨ ਦਿੱਤੇ ਹੋਏ ਠੀਕ ਹੈ ਹੁਣ ਜਿਹੜਾ ਇੱਕ ਕੰਪਿਊਟਰ ਹੈ ਕੁਆਂਟਮ ਕੰਪਿਊਟਰ ਹੈ ਬਣਾਉਗੀ ਕਿਹੜੀ ਕੰਪਨੀ ਤਾਂ ਉਹਦੇ ਵਿੱਚ ਆਪਣੇ ਕੋਲ ਕੀ ਆ ਜੂਗਾ ਜੈਨਾਡੂ ਕੁਆਂਟਮ ਟੈਕਨੋਲੋਜੀ ਇੱਕ ਕੰਪਨੀ ਹੈ ਜਿਹਦੇ ਦੁਆਰਾ ਇਹ ਜਿਹੜਾ ਕੁਆਂਟਮ ਕੰਪਿਊਟਰ ਹੈ ਬਣਾਇਆ ਜਾਊਗਾ ਕਿਹੜੀ ਕੰਪਨੀ ਅਗੇਨ ਫੋਕਸ ਕਰ ਲਓ ਆਪਣੇ ਕੋਲ ਕੀ ਆ ਜਾਊਗਾ ਜ਼ੈਨਾਡੋ ਕੁਆਂਟਮ ਟੈਕਨੋਲੋਜੀ ਹੈ ਇੱਕ ਕੰਪਨੀ ਹੈ ਜਿਹਦੇ ਦੁਆਰਾ ਇਹ ਜਿਹੜਾ ਕੰਪਿਊਟਰ ਬਣਾਇਆ ਜਾਊਗਾ ਠੰਡੀ ਠੰਡੀ ਗੁੱਡ ਮਾਰਨਿੰਗ ਸਰ ਜੀ ਠੰਡੀ ਠੰਡੀ ਜੀ ਅੱਜ ਤਾਂ ਮਤਲਬ ਠੀਕ ਸੀਗਾ ਹਲਕੀ ਫੁਲਕੀ ਬਾਰਿਸ਼ ਹੋ ਰਹੀ ਹੋਗੀ ਕਿਤੇ ਨਾ ਕਿਤੇ ਚਲੋ ਨੈਕਸਟ ਵੀਕ ਕੋ ਆਪਾਂ ਉਹਨੇ ਅਗਰ ਆਪਾਂ ਐਸ ਕੰਪਿਊਟਰ ਦੀ ਗੱਲ ਕਰੀਏ ਤਾਂ ਇਹ ਕਿੱਥੇ ਕਿੱਥੇ ਯੂਜ਼ ਕੀਤਾ ਜਾਂਦਾ ਹੈ ਇਹ ਕੰਪਿਊਟਰ ਜਿਹੜਾ ਕੁਆਂਟਮ ਕੰਪਿਊਟਰ ਜਿਹੜਾ ਡਿਵੈਲਪ ਹੋਊਗਾ ਤਾਂ ਅਲੱਗ-ਅਲੱਗ ਜਗ੍ਹਾ ਤੇ ਯੂਜ਼ ਕਰਦਾ ਜਿਵੇਂ ਆਪਣੇ ਕੋਲ ਕਿਹਾ ਗਿਆ ਫਾਈਨਾਂਸ ਆ ਗਿਆ ਟਰਾਂਸਪੋਰਟੇਸ਼ਨ ਆ ਗਿਆ এনवायरमेंटਲ ਮਾਡਲਿੰਗ ਐਂਡ ਹੈਲਥ ਆ ਜਾਊਗਾ ਸੋਲਵਿੰਗ ਕੰਪਲੈਕਸ ਡਾਟਾ ਪ੍ਰੋਬਲਮਸ ਵੀ ਆ ਜਾਊਗਾ ਇਹ ਸਾਰੇ ਰੀਜ਼ਨ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਇਹ ਕੁਆਂਟਮ ਕੰਪਿਊਟਰ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਹੁਣ ਕੁਝ ਮਹੀਨੇ ਪਹਿਲਾਂ ਹੀ ਇੱਕ ਹੋਰ ਵੀ ਅਨਾਉਂਸਮੈਂਟ ਕੀਤੀ ਗਈ ਸੀ ਕੈਨੇਡੀ ਨੇ ਤਿਆਰ ਕੀਤੀ ਸੀ ਕੈਨੇਡੀਆ ਲਾਂਚ ਇਸ ਨੈਸ਼ਨਲ ਕੁਆਂਟਮ ਸਟ੍ਰੈਟਜੀ ਕਿਸੀ ਨੈਸ਼ਨਲ ਕੁਆਂਟਮ ਸਟ੍ਰੈਟਜੀ ਕੁਛ ਦਿਨ ਪਹਿਲਾਂ ਹੀ ਮਤਲਬ ਮਹੀਨੇ ਕ ਪਹਿਲਾਂ ਹੀ ਇਹਨਾਂ ਨੇ ਸਟਾਰਟ ਕੀਤੀ ਜਿਹਦੇ ਵਿੱਚ ਉਹਨਾਂ ਨੇ ਕੀ ਕਹਾ ਸੀ ਵੀ ਕੈਨੇਡੀਅਨਾਂ ਜਿਹੜੀ ਘੱਟੋ ਘੱਟ 300 ਮਿਲੀਅਨ ਡਾਲਰ ਤੱਕ ਦਾ ਮਤਲਬ ਇਨਵੈਸਟਮੈਂਟ ਕਰੂਗੀ ਇਹਦੇ ਜੇ ਕਿਹਦੇ ਵਿੱਚ ਜਿਹੜੀ ਸਟ੍ਰੈਟਜੀ ਆ ਕੁਆਂਟਮ ਸਟ੍ਰੈਟਜੀ ਆ ਉਹਦੇ ਵਿੱਚ ਉਹਦੇ ਵਿੱਚ ਉਹਨਾਂ ਨੂੰ ਕੀ ਹੈਲਪ ਮਿਲੇਗੀ ਇੱਕ ਤਾਂ ਕੁਆਂਟਮ ਕਿਊਬ ਜਿਹੜਾ ਉਹਨਾਂ ਨੇ ਬਣਾਉਣ ਜਾਂਦਾ ਉਹਦੇ ਵਿੱਚ ਹੈਲਪ ਹੋਊਗੀ ਪਲੱਸ ਜਿਹੜੀਆਂ ਪ੍ਰੋਬਲਮਸ ਉਹਨਾਂ ਨੇ ਸੋਲਵ ਕਰਨੀਆਂ ਹੈ ਠੀਕ ਹੈ ਕਨਸਿਡਰਿੰਗ ਥਿਸ ਠੀਕ ਹੈ ਇਹ ਪ੍ਰੋਬਲਮਸ ਉਹਨਾਂ ਦੇ ਸਾਰਿਆਂ ਨੂੰ ਉਹਨੂੰ ਹੈਲਪ ਮਿ ਆ ਜ਼ੈਨਾ ਡੂਟੀ ਗੱਲ ਕਰੀ ਜਿਹੜੀ ਕੰਪਨੀਆ ਕਰੋ ਫਾਊਂਡ ਹੋਈ ਸੀ 2016 ਵਿੱਚ ਫਾਊਂਡ ਹੋਈ ਸੀ ਅੰਨਾ ਡੀ ਐਪਲੀਕੇਸ਼ਨ ਬੰਦਾ ਨਹੀਂ ਹੈ ਠੀਕ ਹੈ ਆ ਕੁਆਂਟਮ ਟੈਕਨੋਲੋਜੀ ਕੀ ਹੈ ਠੀਕ ਹੈ ਇੱਕ ਵਾਰੀ ਪੜ ਲਿਓ ਜਰਾ ਠੀਕ ਹੈ ਕੁਆਂਟਮ ਟੈਕਨੋਲੋਜੀ ਬਾਰੇ ਡੀਫਲੈਸਟ ਕਨਵਰਸ਼ਨਰ ਹੈ ਇੱਕ ਕੁਆਂਟਿੰਗ ਕੰਪਿਊਟਰ ਇਹ ਥੋੜਾ ਕਰ ਲੈਣਾ ਕਿਉਂਕਿ ਕੰਪਿਊਟਰ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਸਕਦਾ ਹੈ ਹਾਂਜੀ ਸਾਡੇ ਵੱਲ ਹੋ ਰਹੀ ਹੈ ਓਕੇ ਬਹੁਤ ਹੋ ਰਹੀ ਹੈ ਬਠਿੰਡੇ ਚ ਅੱਛਾ ਜੀ ਓਕੇ ਆ ਸਾਡੇ ਤਾਂ ਇੰਨੀ ਬਾਰਿਸ਼ ਹੋ ਰਹੀ ਐ ਸਰ ਇੰਨੀ ਅੱਛਾ ਬੱਦਲ ਬਣਾ ਕੇ ਦੱਸਦੇ ਵੀ ਇੰਨੀ ਬਾਰਿਸ਼ ਹੋ ਰਹੀ ਐ ਅੱਛਾ ਜੀ ਮਤਲਬ ਅੱਜ ਤੁਸੀਂ ਤੇ ਰਜਾਈ ਤੋਂ ਬਾਹਰ ਨਹੀਂ ਨਿਕਲੇ ਮੁੱਖੀ ਦੀ ਗੱਲ ਤਾਂ ਇਹ ਐ ਹਨਾ ਵੀ ਅੱਜ ਤੁਸੀਂ ਰਜਾਈ ਦੇ ਵਿੱਚ ਹੀ ਤੁਹਾਨੂੰ ਮਤਲਬ ਚਾਹ ਮਿਲਦੀ ਐ ਉੱਥੀ ਤੁਹਾਡੇ ਕਲਾਸਾਂ ਚੱਲ ਰਹੀ ਐ ਸਾਡੇ ਤਾਂ ਧੁੱਪ ਆ ਗਈ ਚਲੋ ਸਹੀ ਐ ਕਿਦਾ ਤੂੰ ਨਾ ਰਜਿੰਦਰ ਜਰੋਂ ਦਾ ਮੇਰੀ ਜ਼ਿੰਦਗੀ ਚ ਆਇਆ ਨਾ ਪਕੋੜੇ ਨਾ ਕੁਛ ਨਾ ਕੁਛ ਤਾਂ ਖਾਣੂ ਚੀਜ਼ਾ ਲਈ ਆ ਗਿਆ ਹੁਣ ਕਨਵੈਸ਼ਨਲ ਕੰਪਿਊਟਰ ਦੀ ਗੱਲ ਕਰੀ ਜਿਹੜੇ ਕਨਵੈਸ਼ਨ ਕੰਪਿਊਟਰ ਹੁੰਦੇ ਆ ਉਹ ਕੀ ਆ ਉਹ ਬਾਈਨਰੀ ਤੌਰ ਤੇ ਕੰਮ ਕਰਦਾ ਹੈ ਬਿਟਸ ਦੇ ਵਿੱਚ ਕੰਮ ਕਰਦਾ ਹੈ 0 ਐਂਡ 1 ਦੇ ਵਿੱਚ ਕੰਮ ਕਰਦਾ ਹੈ ਹਨਾ 0 ਐਂਡ 1 ਦੇ ਵਿੱਚ ਕੰਮ ਕੰਮ ਕਰਦਾ ਹੈ ਕੰਪਿਊਟਰ ਪ੍ਰੋਸੈਸ 1 اور 0 एट ए टाइम ਜਾਂਦਾ 1 ਦੇ ਵਿੱਚ ਕੰਮ ਕਰੂਗਾ ਜਾਂ 0 ਦੇ ਵਿੱਚ ਕੰਮ ਕਰੂਗਾ ਉਹ ਆਪਣੇ ਕੋਲ ਕਹਿੰਦੇ ਕੁਆਂਟਮ ਕਨਵੈਸ਼ਨ ਕੰਪਿਊਟਰ ਆ ਜਾਂਦੇ ਅਗਰ ਆਪਾਂ ਕੁਆਂਟਮ ਕੰਪਿਊਟਰ ਦੀ ਗੱਲ ਕਰੀ ਜਿਹੜੇ ਕੁਆਂਟਮ ਕ ਕੀ ਕਹਿੰਦੇ ਕਿਊਬਿਟਸ ਕਰਦੇ ਕੀ ਕਹਿੰਦੇ ਕਿਊਬਿਟਸ ਕਰਦੇ ਉਹ ਜਿਹੜਾ ਕਿਊਬਿਟਸ ਹੈ ਕਿਊਬਿਟਸ ਦਾ ਕੀ ਮਤਲਬ ਹੈ ਕੁਆਂਟਮ ਬਿਟਸ ਹੁਣ ਕੁਆਂਟਮ ਬਿਟਸ ਕੀ ਹੈ ਇਹ ਦੋਨੋਂ ਹੀ ਟਾਈਮ ਤੇ ਕੰਮ ਕਰ ਸਕਦਾ ਕਿਹਦੇ ਵਿੱਚ ਇੱਕ ਦੇ ਵਿੱਚ ਤੇ ਜ਼ੀਰੋ ਦੇ ਵਿੱਚ ਹੀ ਜਿਹੜਾ ਇਹ ਪ੍ਰੋਸੈਸਰ ਹੈ ਜਿਹਦੇ ਕਰਕੇ ਸਾਈਮਲਟੈਨियसਲੀ ਵਰਕ ਕਰ ਸਕਦਾ ਦੋਨੋਂ ਹੀ ਪੋਜੀਸ਼ਨ ਦੇ ਵਿੱਚ ਜਿਹਦੇ ਕਰਕੇ ਇਹ ਕੀ ਹੈ ਬਾਕੀ ਨਾਲੋਂ ਫਾਸਟ ਜਿਹਦੇ ਕਰਕੇ ਇਹ ਬਾਕੀਆਂ ਨਾਲੋਂ ਫਾਸਟ ਹੈ ਨੈਕਸਟ ਦੇਖੋ ਆਪਣੇ ਕੋਲ ਕੀ ਹੈ ਅ ਐਗਰੀਮੈਂਟ ਸਾਈਨ ਬੀਟਵੀਨ ਇੰਡੀਆ ਐਂਡ ਸਾਊਥ ਅਫਰੀਕਾ ਫੋਰ ਮੋਰ ਥੈਨ 100 ਚੀਟਾਸ ਰੀਲੋਕੇਸ਼ਨ ਹੁਣ ਦੇਖੋ ਕੀ ਹੋਇਆ ਇੱਕ ਐਗਰੀਮੈਂਟ ਸਾਈਨ ਹੋ ਗਿਆ ਉਸ ਐਗਰੀਮੈਂਟ ਦੇ ਵਿੱਚ ਕੀ ਕਿਹਾ ਐਗਰੀਮੈਂਟ ਦੇ ਵਿੱਚ ਇਹ ਕਿਹਾ ਵੀ ਆਪਾਂ 100 ਤੋਂ ਜ਼ਿਆਦਾ ਚੀਤਾ ਜਿਹੜੇ ਇੰਡੀਆ ਦੇ ਵਿੱਚ ਲੈ ਕੇ ਆਣੇ ਇੰਡੀਆ ਤੇ ਸਾਊਥ ਅਫਰੀਕਾ ਦੇ ਵਿੱਚ ਇਹ ਕੀਤਾ ਗਿਆ ਬਿੱਲੀ ਨਹੀਂ ਹੈਗੀ ਨਿਮਲਜੀਤ ਵੈਸੇ ਬਿੱਗ ਕੈਟ ਦੇ ਵਿੱਚ ਵੀ ਇਹਨਾਂ ਨੂੰ ਕਿਹਾ ਜਾਂਦਾ ਠੀਕ ਹੈ 12 ਆਣੇ ਹੁਣ ਬਿਲਕੁਲ ਜਿ ਬਿਲਕੁਲ ਆ 8 ਘਟ ਗਏ ਅੱਛਾ ਤੇਰੇ ਵਾਂਗੂ ਅਰਜਿੰਦਰ ਵੀਰੇ ਸੁਖਜੀਤ ਅੰਨੇ ਪੰਪ ਨਾ ਦੇ ਠੀਕ ਹੈ ਉਹ ਜੋਤੀ ਆਪਣੇ ਵਰਗੇ ਨੂੰ ਮਤਲਬ ਆਪਣੇ ਆਪ ਨਹੀਂ ਕੰਪਲੀਮੈਂਟ ਦੇ ਰਿਹਾ ਚਲੋ ਸਹੀ ਗੱਲ ਹੈ ਠੀਕ ਹੈ ਕੈਟਾਗਰੀ ਵਾਈਲ ਕੈਟ ਚਾਹੰਦੀ ਆਂ ਹਾਂਜੀ ਕੈਟਾਗਰੀ ਦੀ ਗੱਲ ਕਰੀ ਅੱਛਾ ਸੁਮਨ ਤੁਸੀਂ ਆਏ ਹੋ ਵਾਹ ਬਿਲਕੁਲ ਜੀ ਬਿਲਕੁਲ ਹੁਣ ਜਿਹੜਾ ਐਗਰੀਮੈਂਟ ਸਾਈਨ ਹੋਇਆ ਕਿਦੇ ਵਿੱਚ ਹੋਇਆ ਇੰਡੀਆ ਤੇ ਸਾਊਥ ਅਫਰੀਕਾ ਦੇ ਵਿੱਚ ਹੋਇਆ ਇੰਡੀਆ ਤੇ ਸਾਊਥ ਅਫਰੀਕਾ ਦੇ ਵਿੱਚ ਐਗਰੀਮੈਂਟ ਸਾਈਨ ਹੋਇਆ ਇਹਦੇ ਵਿੱਚ ਕੀ ਹੋ ਗਿਆ ਸਾਊਥ ਅਫਰੀਕਾ ਦੀ ਕੰਟੀ ਤੋਂ ਜਿਹੜੇ ਕੀ ਹੈ ਇਹ ਜਿਹੜੀਆਂ ਆਣ ਗਿਆ ਲੇਕਿਨ ਅਨ્યਤ ਅਗਰ ਫੋਕਸ ਕੀਤਾ ਜਾਵੇ ਇੰਡੀਆ ਦੇ ਵਿੱਚ ਉਸ ਟਾਈਮ ਤੇ ਪਹਿਲੇ ਵਾਲੇ ਟਾਈਮ ਤੇ 1952 ਦੇ ਆਸ-ਪਾਸ ਜਿਹੜੇ ਐਕਸਟਿੰਕਟ ਹੋ ਗਏ ਸੀਗੇ ਉਸ ਟਾਈਮ ਤੇ ਗੱਲ ਕਰੀ ਜਿਹੜੇ ਇੰਡੀਆ ਦੇ ਵਿੱਚ ਜਿਹੜੀਆਂ ਚਿਤਾ ਸੀਗੇ ਉਹਨਾਂ ਦਾ ਹਲਕਾ ਜਿਹਾ ਮਤਲਬ ਅਲੱਗ ਸੀਗੇ ਠੀਕ ਹੈ ਲੇਕਿਨ ਇਸ ਵਕ ਚਿੜੀਆਂ ਮੰਗਾਈਆਂ ਜਾਂਦੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਸਪੋਟਡ ਸਪੋਟਡ ਕੈਟਸ ਸਪੋਟਡ ਕੈਟਸ ਮਤਲਬ ਇਹਨਾਂ ਦੇ ਮਤਲਬ ਬਿੰਦੀਆਂ ਨੇ ਠੀਕ ਹੈ ਜਿਹਦੇ ਕਰਕੇ ਨਾ ਸਪੋਟਡ ਕੈਟਸ ਕਿਹਾ ਜਾਂਦਾ ਵੀ ਜਿਹੜੀਆਂ ਇਹਨਾਂ ਨੇ ਮੰਗਵਆਂਣੀਆਂ ਨੇ ਤੇ ਜਿਹੜੇ 100 ਆਣੇ ਨੇ ਠੀਕ ਹੈ 100 ਚੀਤਾ ਆਣੇ ਨੇ 100 ਆਣੇ ਨੇ ਇਹਨਾਂ ਦੀ ਗੱਲ ਕਰੀਏ ਇਹ ਕਿਸ ਤਰੀਕੇ ਨਾਲ ਆਣਗੇ ਹਰ ਸਾਲ 8 ਤੋਂ ਲੈ ਕੇ 12 ਦੇ ਵਿੱਚ ਆਣਗੇ ਜਾਂ ਪੈਦਾ ਕਿ ਨਹੀਂ 12 ਹੀ ਆਣਗੇ ਲੇਕਿਨ ਹਰ ਸਾਲ ਜਿਹੜੇ 12 ਆਣਗੇ ਉਹ 8 ਤੋਂ ਲੈ ਕੇ 10 ਸਾਲ ਦੇ ਪੀਰੀਅਡ ਦੇ ਵਿੱਚ ਆਣਗੇ ਠੀਕ ਹੈ ਹਰ ਸਾਲ 12 ਆਣੇ ਕਿੰਨੀ ਦੇਰ ਤੱਕ ਜਾਂ ਤਾਂ 8 ਸਾਲਾਂ ਤੱਕ ਕਰਨਗੇ ਜਾਂ 12 ਸਾਲਾਂ ਤੱਕ ਕਰਨਗੇ ਸੋਰੀ 10 ਸਾਲਾਂ ਤੱਕ ਕਰਨਗੇ ਠੀਕ ਹੈ ਮੈਕਸਿਮਮ ਕੀਆ ਉਹਨਾਂ ਨੂੰ 10 ਸਾਲ ਤੱਕ ਹੀ ਰੱਖਿਆ ਜਾਊਗਾ ਲੇਕਿਨ 8 ਸਾਲ ਤੱਕ ਇਸ ਲਈ ਰੱਖਿਆ ਗਿਆ ਕਿ ਮੇਬੀ ਉਸ ਤੋਂ ਬਾਅਦ ਪਾਪੂਲੇਸ਼ਨ ਇਨਕਰੀਜ਼ ਹੋ ਸਕਦੀ ਹੈ ਇੰਡੀਆ ਦੇ ਵਿੱਚ ਹੀ ਚੀਤਾ ਸੀ ਜਿਹੜੇ ਕਰਕੇ ਬਾਕੀ ਜਿਹੜੇ 2 ਸਾਲ ਆ ਉਹ ਮੇਬੀ ਮਤਲਬ ਬਣਾ ਵੀ ਕਰ ਸਕਦੇ ਆ ਠੀਕ ਹੈ ਤਾਂ ਮੈਕਸਿਮਮ ਫੋਕਸ ਹੋਣਾ 10 ਸਾਲ ਦਾ ਵੈਸੇ ਹੈਗਾ ਹੀ ਹੈਗਾ ਤਾਂ 8 ਤੋਂ ਲੈ ਕੇ 10 ਸਾਲ ਦੇ ਟਾਈਮ ਪੀਰੀਅਡ ਦੇ ਵਿੱਚ ਹਰ ਸਾਲ 12 ਚੀਤਾ ਇੰਡੀਆ ਦੇ ਵਿੱਚ ਹੋਰ ਆਣਗੇ ਠੀਕ ਹੈ ਉਹ ਜਿਹੜੇ ਲਾਸਟੇ ਮੰਗਾਇਏ ਗਏ ਸੀ ਲਾਸਟ ਟਾਈਮ ਕਿੰਨੇ ਮੰਗਾਇਏ ਗਏ ਸੀਗੇ ਲਾਸਟ ਟਾਈਮ ਕਿੰਨੇ ਚੀਤਾ ਮੰਗਾਇਏ ਗਏ ਸੀ ਮੋਸਾਦ ਨੇ ਕੀ ਲਿਖਿਆ ਸੱਜੀ ਮੈਡਮ ਜੀ ਦੇ ਬੋਲ ਅੱਛਾ ਜੀ ਅਰਜ਼ ਕਿਹਾ ਹੈ ਅਥਾਰਟੀ ਯਾਚ ਕਮਲੀ ਹੋਈ ਫਿਰਦੀ ਮੈਂ ਤਾਂ ਕੱਲ ਪਤੀਜ ਹੈ ਪਤੀਜੇ ਨੂੰ ਬੋਲੀ ਜਾਂਦੀ ਸੀ ਭਨੇਵਾ ਤੇਰੇ ਲਈ ਮੇਰਾ ਸੋਹਣਾ ਸਰਦਾਰਾ ਇਹਦਾ ਬਾਰਿਸ਼ ਦੀਆਂ ਬੂੰਦਾ ਦੇ ਵਿੱਚ ਵੀ ਤੇਰਾ ਨਾਮ ਲਿਖ ਦੇਵਾਂ ਹਾਏ ਹੋਏ ਬਾਰਿਸ਼ ਦੀਆਂ ਬੂੰਦਾ ਦੇ ਵਿੱਚ ਤੇਰਾ ਨਾਮ ਲਿਖ ਦੇਵਾਂ ਉਸ ਸਾਦ ਲਾਈਨ ਕਾਫੀ ਵਧੀਆ ਹੈ ਠੀਕ ਹੈ ਅਹ ਹਾਂ ਚਲੋ ਅ ਕੀ ਸੀਗੇ ਕਿੱਥੇ ਸੀਗੇ ਆਪਾਂ हां जेडे ਪਿਛਲੀ ਵਲ ਮੁੰਗਾਏ ਗਏ ਸੀ ਕਿੰਨੇ ਮੁੰਗਾਏ ਗਏ ਸੀ 8 ਮੁੰਗਾਏ ਗਏ ਸੀ 8 ਕਿਤੋਂ ਮੁੰਗਾਏ ਗਏ ਸੀ ਨੀਮੀ ਬੀ ਆਕ ਤੋਂ ਮੁੰਗਾਏ ਗਏ ਸੀ ਤੇ ਉਹ ਇੰਡੀਆ ਦੇ ਵਿੱਚ ਕਿੱਥੇ ਰੱਖੇਗੇ ਜਿਹੜੇ ਕੁੰਨੋ نیشنل ਪਾਰਕ ਹੈ ਜਿਹੜਾ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਆ ਉੱਥੇ ਰੱਖੇਗੇ ਸੀ ਮੁੰਜੇ ਆਪਾਂ ਚੀਤਾ ਦੀ ਗੱਲ ਕਰੀ ਇੰਡੀਆ ਦੇ ਵਿੱਚ ਤਾਂ ਇੰਡੀਆ ਦੇ ਵਿੱਚ ਚੀਤਾ ਕਦੋਂ ਐਕਸਟਿੰਕਟ ਹੋ ਗਏ ਸੀ ਕਿਹੜੇ ਸਾਲ ਦੇ ਵਿੱਚ ਐਕਸਟਿੰਕਟ ਹੋ ਗਏ ਸੀ ਖਤਮ ਹੋ ਗਏ ਸੀ ਤਾਂ ਆਪਣੇ ਕੋਲ ਕੀ ਆ ਜੂਗਾ 1952 ਦੇ ਵਿੱਚ ਇੰਡੀਆ ਇੰਡੀਆ ਦੇ ਵਿੱਚ 1952 ਦੇ ਵਿੱਚ ਸਾਰੇ ਦੇ ਸਾਰੇ ਚੀਤਾਸ ਕੀ ਹੋ ਗਏ ਸੀ ਖਤਮ ਹੋ ਗਏ ਸੀ ਲੇਕਿਨ ਦੇਖਿਆ ਜਾਵੇ 1947 ਮਤਲਬ ਕੁਝ ਐਜੇ ਚਿਤਾਸ ਦੇਖਣ ਨੂੰ ਨਹੀਂ ਮਿਲੇ ਅਨੇ ਜਾਰੇ ਜਿਹੜੇ ਮੈਕਸਿਮਮ ਚਿਤਾ ਸੀ ਉਹ ਮਾਰ ਗਏ ਸੀਗੇ ਉਸ ਟਾਈਮ ਪੀਰੀਅਡ ਦੇ ਵਿੱਚ ਲੇਕਿਨ ਜਿਹੜੇ ਚਿਤਾ ਇੰਡੀਆ ਦੇ ਵਿੱਚ ਪਾਏ ਜਾਂਦੇ ਸੀ ਉਹ ਇੰਡੀਆ ਦੇ ਵਿੱਚ ਕੀ ਸੀ ਮਤਲਬ ਵੈਸੇ ਨਾਲ ਉਹਨੇ ਲਾਸਟ ਸਪੋਟਡ ਚਿਤਾ ਹੀ ਲਿਖਿਆ ਵੀ ਜਿਹੜਾ ਡੈਟ ਹੋਇਆ ਸੀ ਕਰੋ 1947 ਦੇ ਵਿੱਚ ਲੇਕਿਨ ਐਕਸਟੈਂਡ ਕਰੋ ਕਿਤੇ ਗਏ ਕਰਾਰ ਕਰ ਦਿੱਤੇ ਗਏ ਸੀ 1952 ਦੇ ਵਿੱਚ ਐਕਸਟੈਂਡ ਕਰਵਾ ਕਰਾਰ ਕਰ ਦਿੱਤੇ ਸੀ ਉਸ ਤੋਂ ਬਾਅਦ ਦੁਬਾਰੇ ਜਿਹੜਾ ਇਹ ਚਿਤਾ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ ਡਬਲਯੂ ਆਈਆਈ ਦੁਆਰਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੁਣ ਡਬਲਯ ਕੀ ਹੈ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ ਜਿੰਨਾ ਦੁਆਰਾ ਹੈ ਦੁਆਰਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਚੀਤਾ ਪ੍ਰੋਜੈਕਟ ਜਿਹਦੇ ਵਿੱਚ ਇੰਡੀਆ ਦੇ ਵਿੱਚ ਦੁਬਾਰਾ ਇਹ ਚੀਤਾ ਲੈ ਕੇ ਆਣੇ ਠੀਕ ਹੈ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ 2020 ਦੇ ਵਿੱਚ ਸੁਪਰੀਮ ਕੋਰਟ ਨੇ ਵੀ ਇੰਡੀਆ ਨੂੰ ਇਹ ਹੀ ਗਿਆ ਸੀ ਵੀ ਪਹਿਲਾਂ ਤੁਸੀਂ ਲੋਕੇਸ਼ਨ ਸਹੀ ਕਰ ਲਓ ਸੈੱਟ ਕਰ ਲਓ ਜਿੱਥੇ ਤੁਸੀਂ ਚੀਤਾ ਰੱਖਣੇ ਆ ਐਦਾਂ ਨਹੀਂ ਆ ਵੀ ਤੁਸੀਂ ਲੋਕੇਸ਼ਨ ਕਿਤੇ ਵੀ ਰੱਖ ਲਓਗੇ ਚੀਤਾ ਉੱਥੇ ਵਰਕ ਨਾ ਕਰੇ ਜਿਹਦੇ ਕਰਕੇ ਉਹਨਾਂ ਨੇ ਕੀ ਕਿਹਾ ਸੀ ਸਪੈਸ਼ਲੀ ਉਹਨਾਂ ਨੇ ਕਮੈਂਟ ਕੀਤਾ ਸੀ ਕੇਅਰਫੁਲੀ ਚੂਜ਼ਰ ਲੋਕੇਸ਼ਨ ਤੁਹਾਨੂੰ ਚੂਜ਼ ਹੋਣੀ ਚਾਹੀਦੀ ਹੈ 2020 ਦੀ ਪ੍ਰਾਣੀ ਇਨਫ ਡਿਫਰੈਂਸ ਦੇਖ ਲੈਣਾ ਜਿਹੜੇ ਆਪਾਂ ਅਫਰੀਕਾ ਤੋਂ ਮੰਗਾਇਆ ਤੇ ਜਿਹੜੇ ਏਸ਼ੀਆ ਦੇ ਵਿੱਚ ਜ਼ਿਆਦਾ ਪਾ ਜਾਂਦੇ ਆ ਅਫਰੀਕਨ ਚੀਤਾ ਦੀ ਗੱਲ ਕਰੀਏ ਤਾਂ ਅਫਰੀਕਨ ਚੀਤਾ ਦਾ ਸੈਂਟਿਫਿਕ ਨੇਮ ਆਪਣੇ ਕੋਲ ਕੀ ਹੈ ਐਸਿਓਨੈਕਸ ਜੂਬਰਟਸ ਠੀਕ ਆ ਉਹਨਾਂ ਦਾ ਕੀ ਹੈ ਅਫਰੀਕਨ ਨੇਮ ਹੈ ਉਹਨੇ ਸਕਿਨ ਦੀ ਗੱਲ ਕਰੀਏ ਸਕ੍ਰੀਨ ਕੀ ਹੈ ਸਲਾਈਟੀ ਬ੍ਰਾਊਨ ਹੁੰਦੀ ਆ ਠੀਕ ਆ 골ਡਨ ਰਹਿੰਦੀ ਆ ਤੇ ਉਹਨਾਂ ਦੀ ਜਿਹੜੀ ਥicker than ਏਸ਼ੀਅਨ ਚੀਤਾ ਏਸ਼ੀਅਨ ਚੀਤਾ ਤੋਂ ਉਹਨਾਂ ਦੀ ਜਿਹੜੀ ਸਕਿਨ ਹੈ ਜ਼ਿਆਦਾ ਠਿੱਕ ਹੁੰਦੀ ਹੈ ਜ਼ਿਆਦਾ ਠਿੱਕ ਹੁੰਦੀ ਆ ਤੇ ਉਹਨਾਂ ਦੇ ਸਪੋਰਟਸ ਜ਼ਿਆਦਾ ਹੁੰਦੀ ਆ ਠੀਕ ਆ ਜਿਹੜੇ ਦਾਗ ਹੁੰਦੇ ਨੇ ਦਾਗ ਕਵਾਂਗੇ ਜਾਂ ਬਿੰਦੀਆਂ ਕਵਾਂਗੇ ਉਹ ਹੁੰਦੀ ਆ ਤੇ ਲਾਈਨਸ ਹੁੰਦੀ ਆ ਉਹਨਾਂ ਦੇ ਫੇਸ ਤੇ ਜਿਹੜੇ ਕਰਕੇ ਉਹ ਕੀ ਕਰ ਸਕਦੇ ਕੰਪੇਅਰ ਕਰ ਸਕਦੇ ਆਪਾਂ ਉਹਨਾਂ ਨੂੰ ਕਿਹ ਨਾਲ ਏਸ਼ੀਅਨ ਉਹਨਾਂ ਜਿਹੜਾ ਏਸ਼ੀਅਨ ਦੀ ਗੱਲ ਕਰੀਏ ਤਾਂ ਏਸ਼ एसिनोक्स जुबक्टर्स वेनेटिकस तो वो किया है उनरा एशियन नेम है जो कि है स्मॉलर ਹੁੰਦਾ ਕਿਨ ਨਾਲ আফ্রিকان ਚੀਤਾ ਨਾਲ ਉਹਨਾਂ ਦਾ ਸਾਈਜ਼ ਹੈ ਜਿਹੜਾ ਥੋੜਾ ਹਲਕਾ ਜਿਹਾ ਕਟ ਹੁੰਦਾ ਠੀਕ ਹੈ ਇਹ ਦੋਨਾਂ ਦੇ ਵਿੱਚ ਹਲਕਾ ਜਿਹਾ ਡਿਫਰੈਂਸ ਹੈ ਆਰਟੀਫੀਸ਼ਲ ਸੈਨੈਪਸ ਡਿਵੈਲਪਡ ਬਾਈ ਇੰਡੀਅਨ ਐਂਡ ਆਸਟ੍ਰੇਲੀਆ ਸੈਂਟਿਸਟ ਫੋਰ ਬ੍ਰੇਨ ਲਾਈਕ ਕੰਪਿਊਟਿੰਗ हां जी ब्रेन लाइक कंप्यूटिंग ਦੀ ਗੱਲ ਹੋ ਰਹੀ ਹੈ ਤਾਂ ਇੱਕ ਮਤਲਬ ਸਨੈਪਸੇ ਡਵੈਲਪ ਕੀਤਾ ਗਿਆ ਇੱਕ ਇੰਡੀਅਨ ਹੈ ਦੂਜੇ ਕੀ ਹੈ ਆਸਟ੍ਰੇਲੀਅਨ ਸਾਇੰਟੀਸਟ ਇਹ ਦੋਨਾਂ ਨੇ ਮਿਲ ਕੇ ਇਹ ਜਿਹੜਾ ਇਹ ਸਨੋਪਸਿਸ ਹੈ ਜਿਹੜਾ ਉਹ ਕੀ ਕੀਤਾ ਤਿਆਰ ਕੀਤਾ ਠੀਕ ਹੈ ਜਿਹਰੇ ਵਿੱਚ ਕੀ ਹੋ ਰਿਹਾ ਹਿਊਮਨ ਬ੍ਰੇਨ ਲਾਈਕ ਕੈਲਕੂਲੇਟਿੰਗ ਹੋ ਰਹੀ ਹੈ ਮਤਲਬ ਉਸ ਤਰੀਕੇ ਨਾਲ ਹੀ ਕੈਲਕੂਲੇਟਿੰਗ ਹੋ ਰਹੀ ਹੈ ਬਿਲਕੁਲ ਸਹੀ ਤਰੀਕੇ ਨਾਲ ਅਨੈਸ਼ੋਕ अच्छा जी बीवियांदे सूट ओके अखNever... ठीक है उनरे ਦੇ ਵਿੱਚ ਗੱਲ ਕਰੀਏ ਤਾਂ ਜਿਹੜੀ ਇਹ ਦੋ ਟੀਮ ਟੀਮ ਕਹ ਲਓ ਜਾਂ ਦੋ ਪਰਸ ਜਿਹੜੇ ਇਹ ਸਿੱਕੇ ਜਿਹਨਾਂ ਨੇ ਰਿਸਰਚ ਕੀਤਾ ਗਿਆ ਸੀ ਇਹਨਾਂ ਨੇ ਰਿਸਰਚ ਕਿੱਥੇ ਕੀਤੀ ਸੀ ਕਿਹੜੀ ਜਗ੍ਹਾ ਤੇ ਕੀਤੀ ਸੀ ਤਾਂ ਆਪਣੇ ਕੋਲ ਕੀ ਆ ਜੂਗਾ ਯੂਨੀਵਰਸਿਟੀ ਆਫ ਸਿਡਨੀ ਦੇ ਵਿੱਚ ਕੀਤੀ ਗਈ ਸੀ ਕਿੱਥੇ ਯੂਨੀਵਰਸਿਟੀ ਆਫ ਸਿਡਨੀ ਦੇ ਵਿੱਚ ਇਹਨਾਂ ਨੇ ਯੂਨੀਵਰਸਿਟੀ ਆਫ ਸਿਡਨੀ ਦੇ ਵਿੱਚ ਰਹਿ ਕੇ ਇਹਨਾਂ ਨੇ ਰਿਸਰਚ ਕੀਤੀ ਸੀ ਠੀਕ ਹੈ ਕਿਉਂਕਿ ਇੱਕ ਸਾਇੰਟਿਸਟ ਕਿੱਥੋਂ ਸੀਗਾ ਸ੍ਰੀਨਿਦਰੋ ਸੀਗਾ ਠੀਕ ਆ ਉਹਨੇ ਉੱਥੇ ਕੀਤਾ ਅਗਰ ਆਪਾਂ ਦੂਜੇ ਸਾਇੰਟਿਸਟ ਦੀ ਗੱਲ ਕਰੀਏ ਅਗਰ ਆਪਾਂ ਦੂਜੇ ਸਾਇੰਟਿਸਟ ਦੀ ਗੱਲ ਕਰੀਏ ਕਿਉਂਕਿ ਦੋਨਾਂ ਨੇ ਕਲੈਬੋਰੇਸ਼ਨ ਦੇ ਵਿੱਚ ਇਹ ਕੰਮ ਕੀਤਾ ਟੀਮ ਦੇ ਵਿੱਚ ਰਹਿ ਕੇ ਕੰਮ ਕੀਤਾ ਤਾਂ ਦੂਜੇ ਸਾਇੰਟਿਸਟ ਨੇ ਕਿੱਥੇ ਕੰਮ ਕੀਤਾ ਜਿਹੜਾ ਜਵਾਲਨ ਸੈਂਟਰ ਹੈ ਜਿਹੜਾ ਜਵਾਲਨਾ ਸਾਈ ਜਵਾਲ ਨਾਲ ਜਵਾਹਰ ਲਾਲ ਨਹਿਰੂ ਸੈਂਟਰ ਹੈ ਜਿਹੜਾ ਠੀਕ ਹੈ ਉਹ ਸੈਂਟਰ ਦੀ ਗੱਲ ਕਰੀਏ ਤਾਂ ਉਹ ਸੈਂਟਰ ਕਿੱਥੇ ਹੈ ਬੈਂਗਲੁਰੂ ਦੇ ਵਿੱਚ ਠੀਕ ਹੈ ਜਵਾਹਰ ਲਾਲ ਨਹਿਰੂ ਸੈਂਟਰ ਕਿੱਥੇ ਹੈ ਬੈਂਗਲੁਰੂ ਦੇ ਵਿੱਚ ਠੀਕ ਹੈ ਇਹ ਦੋਨਾਂ ਨੇ ਸਟੱਡੀਜ਼ ਕੀਤੀਆਂ ਅਲੱਗ-ਅਲੱਗ ਜਗ੍ਹਾ ਤੇ ਲੇਕਿਨ ਕੰਬਾਈਨ ਰਹਿ ਕੇ ਕੰਮ ਕੀਤਾ ਉਹਨੇ ਡਿਵਾਈਸ ਦੀ ਗੱਲ ਕਰੀ ਤਾਂ ਡਿਵਾਈਸ ਦਾ ਜਿਹੜਾ ਮੇਨ ਕੰਮ ਕੀ ਹੈ ਇਹ ਡਿਵਾਈਸ ਦੈਟ ਮਿਮਿਕਸ ਏ ਸਨੈਪਸ ਏ ਦੈਟ ਰੈਗੂਲੇਟ ਸਿਗਨਲ ਟ੍ਰਾਂਸਮਿਸ਼ਨ ਕੀ ਕਰਦਾ ਸਿਗਨਲ ਟ੍ਰਾਂਸਮਿਸ਼ਨ ਕਰਦਾ ਕੀ ਕਰ ਰਿਹਾ ਸਿਗਨਲ ਟ੍ਰਾਂਸਮਿਸ਼ਨ ਕਰ ਰਿਹਾ ਹੁਣ ਇਹਦਾ ਪਰਪਸ ਕੀ ਹੈ ਤੁਹਾਨੂੰ ਸਿੰਪਲ ਸ਼ਾਰਟ ਫਾਰਮ ਦੇ ਵਿੱਚ ਦੱਸਾਂ ਇਹਦੇ ਵਿੱਚ ਕਾਫੀ ਮਤਲਬ ਟਰਮਸ ਯੂਜ਼ ਕੀਤੇ ਹੈ ਜਿਵੇਂ ਉਹ ਲਿਖੀ ਗਿਆ ਵੀ ਇਹ ਨਾ ਇੱਕ ਸਿਗਨਲ ਪਾਸ ਕਰੂਗਾ ਕਿ ਟਰਮੀਨਲ ਐਂਡ ਇੱਕ ਐਂਡ ਤੋਂ ਟਰਮੀਨਲ ਪਾਸ ਕਰੂਗਾ ਜਿਹਦੇ ਵਿੱਚ ਆਪਾਂ ਕੀ ਕਹਿਆ ਸੀ ਨਿਊਰੋ ਨਿਊਰਨ ਸੈਲ ਤੋਂ ਠੀਕ ਹੈ ਇੱਕ ਅਗਰ ਲਿੰਕ ਪਾਸ ਕਰੀਏ ਜਾਂ ਟਰਮੀਨਲ ਪਾਸ ਕਰੀਏ ਜਾਂ ਕੋਈ ਮੈਸੇਜ ਭੇਜੀਏ ਠੀਕ ਹੈ ਉਹ ਜਿਹੜਾ ਮੈਸੇਜ ਹੈ ਬਾਅਦੋਂ ਰਿਸੀਵ ਕਿਦੇ ਜੀ ਦੁਆਰਾ ਕੀਤਾ ਜਾਊਗਾ ਟਾਪ ਆਫ ਡੈਂਡਰੋਨਸ ਦੁਆਰਾ ਠੀਕ ਹੈ ਜਿਹੜੇ ਡੈਂਡਰੋਸ ਦੇ ਵਿੱਚ ਹੈ ਜਿਹੜਾ ਦੂਜੇ ਮਤਲਬ ਨਿਊਰਨ ਸੈੱਲ ਨਾਲ ਉਹਨਾਂ ਦੁਆਰਾ ਇਹ ਰੀਸੀਵ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਕੀ ਹੈ ਦੋਨਾਂ ਦੇ ਵਿੱਚ ਐਕਸ਼ਨ ਹੋਊਗਾ ਇੱਕ ਗਿਆ ਸਮਾਲ ਗੈਪ ਹੈ ਇੱਕ ਲਿੰਕ ਕ੍ਰੀਏਟ ਹੋ ਗਿਆ ਇੰਪਲਸ ਤਿਆਰ ਹੋ ਗਈ ਤਾਂ ਉਸ ਤੋਂ ਬਾਅਦ ਕੀ ਹੋਊਗਾ ਐਕਸ਼ਨ ਹੋਊਗਾ ਜੋ ਵੀ ਸੈਂਡ ਕਰਨਾ ਹੈ ਜਿਵੇਂ ਆਪਣੀ ਬੋਡੀ ਕੰਮ ਕਰਦੀ ਹੈ ਠੀਕ ਹੈ ਇੰਕ ਲਿੰਕ ਦੂਜੇ ਨੂੰ ਕਿਹਾ ਦੂਜੇ ਤੋਂ ਬਾਅਦ ਮੇਰਾ ਇਹ ਹੱਥ ਥਿਲੇ ਤਾਂ ਉਸ ਤਰੀਕੇ ਨਾਲ ਹੀ ਇਹ ਚੀਜ਼ ਕੀ ਕਰਦੀ ਹੈ ਵਰਕ ਕਰਦੀ ਹੈ ਠੀਕ ਹੈ ਸਾਇੰਟਿਸਟ ਦੁਆਰਾ ਕੀ ਚੀਜ਼ ਯੂਜ਼ ਕੀਤੀ ਗਈ ਹੈ ਐਸ ਸੀ ਐਨ ਯੂਜ਼ ਕੀਤਾ ਗਿਆ ਐਸ ਸੀ ਐਨ ਕੀ ਹੈ ਸਕੈਂਡੀਅਮ ਨਾਈਟ੍ਰੇਟ ਐਚੀ ਯ स्टार्टिंग्पल भी सिंपल है सिंपल आई चीज पूछ सकते ठीक है जी इन्वैशन में प्रोवाइड मटीरियल फॉर स्टेबिलिटी स्टेबिलिटी यूज़ किया गया मटीरियल चलो छोटो यूज़ की गल करिए यूज़ किस परपज यूज कर सकते हैं हाँ जी अनमोल बिल्कुल जी आ, दोनों एन आर आई आई थिंक नहीं जी नहीं दोनों एन आई एन आर एक एन आर आई है ਓਹੋ ਗੀਤ ਗੀਤ ਦੁਆਰਾ ਸੁਹਜੀਤ ਨੂੰ ਕੰਪਲੀਮੈਂਟ ਆਇਆ ਜੋ ਮਤਲਬ ਸ਼ੌਕਿੰਗ ਲੱਗ ਰਿਹਾ ਗੀਤ ਲਈ ਵੀ ਇਹ ਪੋਸੀਬਲ ਹੈ ਕਿ ਨਹੀਂ ਠੀਕ ਹੈ ਉਹ ਜਿਹੜਾ ਇਹ ਯੂਸ ਆਪਾਂ ਯੂਸ ਕਿੱਥੇ ਕਰ ਸਕਦੇ ਸੱਚ ਹੈ ਸ਼ੋਰਟ ਟਰਮ ਮੈਮਰੀ ਹੁੰਦੀ ਹੈ ਉਹਦੇ ਲਈ ਠੀਕ ਹੈ ਲੌਂਗ ਟਰਮ ਮੈਮਰੀ ਹੈ ਠੀਕ ਹੈ ट्रांजिशन ਆਫ ਸ਼ੋਰਟ ਟਰਮ ਐਂਡ ਲੌਂਗ ਟਰਮ ਮੈਮਰੀ ਲਰਨਿੰਗ ਫੋਰਗੇਟਿੰਗ ਫ੍ਰੀਕੁਐਂਸੀ ਸਿਲੈਕਸ਼ਨ ਇਹ ਸਾਰੇ ਪਰਪਸ ਲਈ ਆਪਾਂ ਜਿਹੜਾ ਇਹ ਸੌਫਟਵੇਅਰ ਹੈ ਸੌਰੀ ਜਿਹੜਾ ਇਹ ਮਤਲਬ ਸਨੋਪਸ ਜਿਹੜਾ ਤਿਆਰ ਕੀਤਾ ਗਿਆ ਉਹਨੂੰ ਆਪਾਂ ਯੂਜ਼ ਕਰ ਸਕਦੇ ਹਰ ਇੱਕ ਪਰਪਸ ਲਈ ਠੀਕ ਹੈ ਹਿਊਮਨ ਬ੍ਰੇਨ ਬੇਸਡ ਕੰਪਿਊਟਰ ਹੈ ਠੀਕ ਹੈ ਹਲਕਾ ਜਿਹਾ ਮਤਲਬ ਇਹਦੇ ਬਾਰੇ ਇਨਫੋਰਮੇਸ਼ਨ ਹੈ ਇੱਕ ਵਾਰੀ ਰੀਡ ਆਊਟ ਕਰ ਲਿਓ ਕਿ ਹਿਊਮਨ ਬ੍ਰੇਨ ਕਿਵੇਂ ਕੰਮ ਕਰਦਾ ਹੈ ਤੇ ਉਹਨੂੰ ਮਤਲਬ ਅਗਰ ਆਪਾਂ ਕੰਪਿਊਟਰ ਬੇਸਡ ਕਰਨਾ ਹੋਵੇ ਤਾਂ ਉਹਦਾ ਕੀ ਮਤਲਬ ਕੀ ਹੈ ਨੈਕਸਟ ਦੇਖੋ ਖਤਰਨਾਕ ਨਿਊਜ਼ ਹੈ येलो ਬੈਂਡ ਡਿਜ਼ੀਜ਼ ਇਸ ਡਿਸਟੈਂਗਰੀ ਸੀ ਕੋਰਲਸ ਔਫ THAILAND ਠੀਕ ਹੈ ਬਹੁਤ ਹੀ ਖਤਰਨਾਕ ਨਿਊਜ਼ ਹੈ ਆਪਣੇ ਲਈ ਠੀਕ ਹੈ ਹਿਊਮਨਲੀ ਠੀਕ ਹੈ ਹਿਊਮਨ ਜਿਹੜੀ ਪੂਰੀ ਅਰਥਵਿਵਸਥਾ ਨੇ ਉਹਨਾਂ ਲਈ ਸਭ ਤੋਂ ਖਤਰਨਾਕ ਨਿਊਜ਼ ਹੈ ਉਹਨ ਇਸ ਨਿਊਜ਼ ਦੇ ਵਿੱਚ ਕੀ ਕਿਹਾ ਇੱਕ yellow band disease ਹੈ ਇੱਕ ਕੀ ਹੈ yellow band disease ਹੈ ਇਹ ਡਿਜ਼ੀਜ਼ ਕੀ ਕਰ ਰਿਹਾ ਇੱਕ ਕੋਰਲਸ ਨੂੰ ਖਤਮ ਕਰ ਰਿਹਾ ਮੈਕਸਿਮਮ ਤੋਂ ਮੈਕਸਿਮਮ ਕੋਰਲ ਨੇ THAILAND ਦੇ ਵਿੱਚ ਖਤਮ ਕਰ ਚੁੱਕਿਆ ਹੈ ਠੀਕ ਹੈ ਬਹੁਤ ਸਾਰੇ ਕੋਰਲਸ ਨੇ THAILANDs ਦੇ ਵਿੱਚ ਖਤਮ ਕਰ ਸਕਦੇ ਹਨ ਇਹਨੂੰ yellow band ਹੀ ਕਿਉਂ ਕਿਹਾ ਗਿਆ ਇਹ ਡਿਜ਼ੀਜ਼ ਇਹਜ ਹੈ ਕਿ ਜਦੋਂ ਕੋਰਲ ਖਤਮ ਹੋ ਰਹੇ ਜਦ ਜ ਡਾਈਇੰਗ ਹੋ ਰਹੇ ਹੋਰੇ ਜਬ ਮਾਰੇ ਹੁੰਦੇ ਆ ਤਾਂ ਉਹ ਇੱਕ ਟਾਈਮ ਤੇ ਆਪਣਾ ਕਲਰ ਕੀ ਹੈ yellow ਕਰਕੇ ਫੇਰ ਖਤਮ ਹੁੰਦੇ ਠੀਕ ਹੈ yellow ਦੇ ਵਿੱਚ ਕਨਵਰਟ ਹੋ ਜਾਂਦਾ ਕਲਰ ਉਸ ਤੋਂ ਬਾਅਦ ਉਹ ਕੀ ਹੁੰਦੇ ਖਤਮ ਹੁੰਦੇ ਜਾਂ ਡੈਥ ਹੋ ਜਾਂਦੀ ਹੈ ਜਾਂ ਕੋਰਲ ਖਤਮ ਹੋ ਗਈ ਠੀਕ ਹੈ ਉਹਦੇ ਕਰਕੇ ਹੀ ਮਤਲਬ ਇਹ ਚੀਜ਼ ਕੀ ਦਾ ਨਾਮ ਕੀ ਰੱਖਿਆ ਗਿਆ yellow band disease ਰੱਖਿਆ ਗਿਆ ਇਹਦਾ ਨਾਮ ਠੀਕ ਹੈ ਜੀ ਜਿਹੜਾ ਇਹ ਕਾਫੀ ਮਤਲਬ ਥਾਈਲੈਂਡ ਦੇ ਵਿੱਚ ਮਤਲਬ ਕਾਫੀ ਮжоਰਿਟੀ ਦੇ ਵਿੱਚ ਇਹਨੇ ਖਤਮ ਕਰਤਾ ਠੀਕ ਹੈ पेल येलो कलर पेल तो हल्का आ ढि लेकिन ये पेल दे नहीं है कि चल ही रहा है फिफ्टी फिफ्टी गल हो रही ओके चलो कित किलिंग आ, <coughs> ਸੌਰੀ <clears throat> ਸਟ੍ਰੈਚ ਓਵਰ థਾਈਲੈਂਡ ਓਸ਼ੀਅਨ ਫਲੋਰ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਇਹ ਚੀਜ਼ ਸਾਇੰਟਿਸਟ ਕਿਹਾ ਕਾਫੀ ਵਰੀਡ ਨੇ ਵੀ ਕਿਹਾ ਕਲਾਈਮੇਟ ਤੇ ਕਾਫੀ ਇਫੈਕਟ ਪਊਗਾ ਜਿਵੇਂ ਕਿ ਤੁਹਾਨੂੰ ਪਤਾ ਆਸਟ੍ਰੇਲੀਆ ਦੇ ਵਿੱਚ ਵੀ ਕੋਰਲ ਰੀਫ ਸੀ ਜਿਹੜੇ ਵੀ ਖਤਮ ਹੋ ਰਿਹਾ ਡਾਈਂਗ ਹੋ ਰਿਹਾ ਠੀਕ ਹੈ ਉਹਦੇ ਕਰਕੇ ਵੀ ਟੈਨਸ਼ਨ ਹੋਗੀ ਪਲੱਸ ਹੁਣ థਾਈਲੈਂਡ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਉਹ ਜਿਹੜੇ ਸਾਰੇ ਕੋਰਲ ਰੀਫ ਇਹ ਖਤਮ ਹੋ ਰਿਹਾ ਇਸ ਤੋਂ ਬਾਅਦ ਮਤਲਬ ਹੋਰ ਕੀ ਇਫੈਕਟ ਪੈ ਰਿਹਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅਰਥਾ ਜਿਹੜਾ ਟੈਂਪਰੇਚਰ ਉਹ ਵੀ ਰਾਈਜ਼ ਕਰ ਰਿਹਾ ਜਿਹਦੇ ਕਰਕੇ ਜਿਹੜਾ ਓ ਉਬਰ ਉਹ ਕਰ ਰਹੇ ਆ ਫਿਸ਼ਿੰਗ ਕਰ ਰਹੇ ਆ ਮਤਲਬ ਮੈਕਸਿਮ ਟੂ ਮੈਕਸਿਮ ਫਿਸ਼ੀਆਪਾ ਕੀ ਕਰ ਰਹੇ ਆ ਮਤਲਬ ਈਟ ਕਰ ਰਹੇ ਆ ਜਾਂ ਓਵਰ ਫਿਸ਼ਿੰਗ ਆ ਉਹ ਵੀ ਕੀ ਹੈ ਇੱਕ ਰੀਜ਼ਨ ਹੈ ਜਿਹਦੇ ਕਰਕੇ ਮਤਲਬ ਕਲਾਈਮੇਟ ਤੇ ਇਫੈਕਟ ਪਰ ਹੈ ਉਸ ਤੋਂ ਸਿਵਾ ਫਰਦਰ ਅਗਰ ਦੇਖਿਆ ਜਾਵੇ ਤਾਂ ਪੋਲੂਸ਼ਨ ਵੀ ਹੈ ਇਨਕਲੂਡਡ ਹੈ ਜਿਹੜੀ ਪੋਲੂਸ਼ਨ ਕਾਫੀ ਜਾਨੀ ਕਲਾਈਮੇਟ ਨੂੰ ਇਫੈਕਟ ਕਰਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਕੀ ਹੈ ਕਲਾਈਮੇਟ ਨੂੰ ਇਫੈਕਟ ਕਰਦੀ ਹੈ ਹੁਣ ਅਗਰ ਆਪਾਂ ਇਹ ਡਿਜ਼ੀਜ਼ ਦੀ ਗੱਲ ਕਰੀਏ ਡਿਜ਼ੀਜ਼ 240 ਹੈਕਟੇਰ ਦੀ ਸੀ ਦੇ ਵਿੱਚ ਫੈਲਿਆ ਹੋਇਆ ਹੈ 240 ਹੈਕਟੇਰ ਉਹ ਵੀ ਸੀ ਦੇ ਵਿੱਚ ਫੈਲਾ ਹੋਇਆ ਡਿਜ਼ੀਜ਼ ਤਾਂ ਇਹਨੂੰ ਮੇਨਟੇਨ ਕਰਨ ਦੇ ਇਹਨੂੰ ਕੰਟਰੋਲ ਕਰਨ ਦੇ ਸਭ ਤੋਂ ਜ਼ਿਆਦਾ ਐਫਰਟਸ ਹੁਣ ਕੀਤੇ ਜਾਣਗੇ ਵੀ ਤੱਕ ਤਾਂ ਕਿ ਪੈ ਯੈਲੋ ਬੈਂਡ ਰੀਜਨ ਕੰਟਰੋਲ ਕਰ ਸਕੀਏ ਤਾਂ ਕਿ ਜਿਹੜੇ ਕੋਰਲ ਰੀਫਸ ਆ ਉਹਨਾਂ ਨੂੰ ਜਾਤੋਂ ਜ਼ਿਆਦਾ ਪ੍ਰੋਟੈਕਟ ਕਰ ਸਕੀਏ ਕੋਰਲ ਰੀਫ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਆਪਣੇ ਇਕੋਸਿਸਟਮ ਲਈ ਠੀਕ ਹੈ ਆਪਣੇ ਇਕੋਸਿਸਟਮ ਲਈ ਮੁਸਾਫ ਦੁਆਰਾ ਇੱਕ ਹੋਰ ਕਲਮ ਸਰ ਜੀ ਆਖਰੀ ਸ਼ੇਰ ਪਰ ਬੋਲ ਮੈਡਮ ਜੀ ਦੇ ਆ ਮੇਰੇ ਨਹੀਂ ਠੀਕ ਹੈ ਚੰਦ ਤੋ ਵੀ ਸੋਹਣਾ ਸਰਦਾਰਾ ਪਿਆਰ ਕੱਢ ਦੀ ਫਿਰਾਂ ਕੜਾਪਾ ਪਾ ਕੇ ਵੰਗ ਦਾ ਅੱਛਾ ਜੀ ਵੇ ਮੈਂ ਤੇਰੀ ਪਲ ਨਾਲ ਪੱਗ ਪਾਗਾ ਉਹ ਗਾ ਕੇ ਪੱਗ ਲਿਖਿਆ ਅੱਛਾ ਅਦਕ ਨਹੀਂ ਭਾਈ ਪੱਗ ਨਾਲ ਦਾ ਲਵਾ ਸਿਰ ਤੇ ਦੁਪੱਟਾ ਸੰਦੂਰੀ ਜਿਹੇ ਰੰਗ ਦਾ ਅੱਛਾ ਮੇਰੇ ਕੋਲ ਜੇ ਮੈਂ ਕਹਾਂ ਮੇਰੇ ਕੋਲ ਸੰਦੂਰੀ ਰੰਗ ਦੀ ਪੱਗ ਨਹੀਂ ਹੈਗੀ ਫਿਰ ਤੂੰ ਕੀ ਕਹੇਗਾ ਹੈ ਯੈਲੋ ਰੈਮ ਡਿਜ਼ੀਜ਼ ਆਫਟਰ ਕਿਉਂਕਿ ਕੋਰਲ ਜਿਹੜਾ ਟਰਨ ਹੋ ਜਾਂਦੇ ਆ ਠੀਕ ਆ ਕਾਫੀ ਵਾਰ ਇਹਨਾਂ ਨੂੰ ਮਤਲਬ ਸਭ ਤੋਂ ਪਹਿਲੀ ਵਾਰੀ ਕਿੱਥੇ ਦੇਖਿਆ ਗਿਆ ਕੈਰੇਬੀਅਨ ਸੀ ਦੇ ਵਿੱਚ ਦੇਖਿਆ ਗਿਆ ਜਿੱਥੇ ਮਤਲਬ ਯੈਲੋ ਬੈਂਡ ਡਿਜ਼ੀਜ਼ ਨੇ ਕਾਫੀ ਜ਼ਿਆਦਾ ਅਫੈਕਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਉੱਥੇ ਕੋਰਲਸ ਖਤਮ ਕਰਤੇ ਸੀਗੇ ਠੀਕ ਹੈ ਹੁਣ ਕੋਰਲ ਰੀਫਸ ਹੈ ਕੀ ਠੀਕ ਹੈ ਤਾਂ ਇੱਕ ਵਾਰੀ ਇਹ ਪੜ੍ਹ ਲਿਓ ਠੀਕ ਹੈ ਇੰਪੋਰਟੈਂਟ ਹੈ ਇਹ ਕਾਫੀ ਜ਼ਿਆਦਾ ਆਪਣੇ ਲਈ ਹੀ ਠੀਕ ਹੈ ਜਨਰਲੀ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਕਸਟ ਦੇਖੋ ਆਪਣੇ ਕੋਲ ਕੀ ਹੈ ਮਿਸ਼ੈਲ Yo becomes the first Asian to receive Oscar nomination for the best actress. ਹੁਣ ਦੇਖੋ ਇਹ ਨਿਊਜ਼ ਵੈਸੇ ਨਹੀਂ ਇੰਪੋਰਟੈਂਟ ਨਹੀਂ ਹੈ ਕਿਉਂਕਿ ਹਜੇ ਅਵਾਰਡ ਡਿਸਟ੍ਰਿਬਿਊਸ਼ਨ ਨਹੀਂ ਹੋਏ ਜਾਂ ਵਿਨਰ ਨਹੀਂ ਚੂਸ ਹੋਏ ਲੇਕਿਨ ਇਹਦੇ ਵਿੱਚ ਕੀ ਕਿਹਾ ਗੱਲ ਕਹੀ ਉਹਨਾਂ ਨੇ ਨੋਮੀਨੇਸ਼ਨ ਦੀ ਗੱਲ ਕਹੀ ਹੈ ਵੀ ਸਿਰਫ ਤੇ ਸਿਰਫ ਹਜੇ ਇਹ ਨੋਮੀਨੇਟ ਹੋਇਆ ਜਿਹਦੇ ਕਰਕੇ ਇਹ ਚੀਜ਼ ਨਿਊਜ਼ ਦੇ ਵਿੱਚ ਬਣ ਗਈ ਹੁਣ ਨੋਮੀਨੇਟ ਹੋਣ ਤੋਂ ਬਾਵਜੂਦ ਵੀ ਇਹ ਨਿਊਜ਼ ਦੇ ਵਿੱਚ ਕਿਉਂ ਬਣੀ ਹੈ ਉਹਦੇ ਪਿੱਛੇ ਰੀਜ਼ਨ ਕੀ ਹੈ ਕਿਉਂਕਿ ਇਹ ਪਹਿਲੇ ਏਸ਼ੀਅਨ ਨੇ ਐਜੇ ਪਹਿਲੇ ਏਸ਼ੀਅਨ ਐਕਟਰ ਜਿਹੜੇ ਆਸਕਰ ਲਈ ਨੋਮੀਨੇਟ ਹੋਏ ਨੇ जेडे ओस्कर इनोमीनेट हुए हैं करके करके चीज़ कुछ ज्यादा ही इंपोर्टेंट है ठीक है रूपी थैंक यू रूपी थैंक यू तेरा ठीक है जो जो तू गल मैं गिफ्ट कराँगा फिर तू की गिफ्ट करेंगा ना, तेरी टेंशन पही है मतलब तेरी सब तो ज़्यादा टेंशन है ठीक है जो जो तू गिफ्ट करनी है ना ਉਸ ਤੋਂ ਜ਼ਿਆਦਾ ਡਿਟੇਲਸ਼ਨ ਹੁੰਦੀ ਹੈ ਠੀਕ ਹੈ ਠੀਕ ਹੈ ਵੈਸੇ ਇਹਦੇ ਵਿੱਚ ਜ਼ਿਆਦਾ ਨਹੀਂ ਹੈ ਲੇਕਿਨ ਅਗਰ ਆਪਾਂ ਦੇਖੀਏ ਤਾਂ ਆਪਾਂ ਨੂੰ ਕੀ ਪਤਾ ਜਦੋਂ ਇੱਕ ਫਿਲਮ ਬਾਰੇ ਨੋਟ ਕਰ ਲੈਣਾ ਵੀ ਕਿਹੜੀ ਫਿਲਮ ਸੀਗੀ ਆਪਣੇ ਕੋਲ ਇਹਨਾਂ ਦੀ एवरीथिंग एवरीਵੇਅਰ ਆਲ ਐਟ ਵਾਂਸ ਇਹ ਫਿਲਮ ਹੈ ਜਿਹਦੇ ਕਰ ਜਿਹਦੇ ਵਿੱਚ ਇਹਨਾਂ ਨੇ ਪਾਰਟ ਲੀਤਾ ਸੀ ਜਾਂ ਕੰਮ ਕੀਤਾ ਜਿਹਦੇ ਕਰਕੇ ਕੀ ਹੋਇਆ ਨੋਮੀਨੇਟ ਹੋਇਆ ਓਸਕਰ ਲਈ ਠੀਕ ਹੈ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਲ ਲਈ ਬੈਸਟ ਐਕਟਰ ਲਈ ਇਹਨਾਂ ਨੂੰ ਰੋਬੀ ਨੋਮੀਨੇਸ਼ਨ ਮਿਲਿਆ ਪਹਿਲੇ ਏਸ਼ੀਆ ਨਾਲ ਜਿਹਦੇ ਕਰਕੇ ਇੰਪੋਰਟੈਂਟ ਹੈ ਠੀਕ ਹੈ ਬਾਕੀ ਆਪਾਂ ਨੂੰ ਅੰਦਰ ਦੇਖਣ ਦੀ ਲੋੜ ਨਹੀਂ ਆ ਉਹਨਾਂ ਦੀ ਲਾਈ ਥੋੜਾ ਪੜ ਲੈਨੇ ਆ ਓਸਕਰ ਦੀ ਗੱਲ ਕਰੀ ਤਾਂ ਓਸਕਰ ਕਦੋਂ ਬਣੇ ਸੀਗੇ 1929 ਦੇ ਵਿੱਚ 1929 ਦੇ ਵਿੱਚ ਓਸਕਰ ਸਭ ਤੋਂ ਪਹਿਲੀ ਮਤਲਬ ਆਰਗੇਨਾਈਜ਼ ਕੀਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਦਾ ਮੇਨ ਕੰਮ ਕੀ ਸੀਗਾ ਵੀ ਆਪਾਂ ਅਵਾਰਡ ਦੇਣਾ ਅਵਾਰਡ ਐਦਾਂ ਨਹੀਂ ਸਿਰਫ ਐਕਟਰ ਤੇ ਐਕਟਰਸ ਨੂੰ ਦੇਣਾ ਹਰ ਮਤਲਬ ਮੂਵੀ ਦੇ ਵਿੱਚ ਜੋ ਵੀ ਕੰਮ ਹੋ ਰਿਹਾ ਚਾਹੇ ਫਿਲਮ ਡਾਇਰੈਕਟਿੰਗ ਹੋ ਰਿਹਾ ਚਾਹੇ ਸਕਰੀਨਿੰਗ ਹੋ ਰਹੀ ਹੈ ਚਾਹੇ ਵੀਪੀਐਫ ਵੀਐਫਐਕਸ ਹੋ ਰਿਹਾ ਕੁਝ ਵੀ ਹੋ ਰਿਹਾ ਉਹਨਾਂ ਲਈ ਇਹ ਸਾਰਾ ਕੁਝ ਹੈ ਠੀਕ ਹੈ ਇਹ ਸੰਧੂਰੀ ਇੱਕ ਗਾਣਾ ਸੀ ਨਾ ਸੰਧੂਰੀ ਦੇ ਨਾਮ ਤੇ ਬੈਲਰ ਬੈਲਰਸ ਫਿਲਮ ਦਾ ਕਿਹੜੀ ਸੀਗੀ ਹੋ ਅੰਬੀਅੰਸ ਸੰਦੂਰੀ ਹੋ ਗਈ ਅੰਬੀਅੰਸ ਸੰਦੂਰੀ ਹੋ ਗਿਆ ਨਾ ਪਾਇਆ ਜੱਟੀ ਨੇ ਬਾਗ ਵਿੱਚ ਫੇਰਾ ਕੇ ਅੰਬੀਅੰਸ ਸੰਦੂਰੀ ਹੋ ਗਈ ਚਲੋ ਐਨੀਵੇ ਨੈਕਸਟ ਦੇਖੋ ਆਪਣੀ ਗੱਲ ਕੀ ਹੈ ਨਿਧੀ ਆਪਕੇ ਨਿਕਤ ਈਪੀਐਫਓ ਨੇ ਇੱਕ ਪਲੇਟਫਾਰਮ ਲਾਂਚ ਕੀਤਾ ਗਿਆ ਉਹ ਪਲੇਟਫਾਰਮ ਦੀ ਗੱਲ ਕਰੀਏ ਪਲੇਟਫਾਰਮ ਦਾ ਕੀ ਨਾਮ ਹੈ ਨਿਧੀ ਆਪਕੇ ਨਿਕਤ ਪਲੇਟਫਾਰਮ ਦਾ ਕੀ ਨਾਮ ਹੈ ਨਿਧੀ ਆਪਕੇ ਨਿਵਤ ਉਹਨਾਂ ਦੁਆਰਾ ਇਹ ਜਿਹੜਾ ਮਤਲਬ ਲਾਂਚ ਕੀਤਾ ਗਿਆ ਉਹਨੇ ਪਲੇਟਫਾਰਮ ਤੇ ਹੈ ਵਿੱਚ ਹੈ ਕੀ ਹੈ ਗ੍ਰੀਵੈਂਸ ਰੀਡਰੈਸਲ ਠੀਕ ਹੈ ਪਲੇਟਫਾਰਮ ਹੈ ਜਿਹਦੇ ਵਿੱਚ ਕੀ ਹੋਊਗਾ ਮਤਲਬ ਜਿਹੜੇ EMPLOYEES ਨੇ ਇਕੱਲੇ-ਕੱਲੇ EMPLOYEES ਜਾ ਕੇ ਇੱਕ ਦੂਜੇ ਨੂੰ ਜਾ ਕੇ ਮਿਲਣਗੇ ਠੀਕ ਹੈ ਉਹਨਾਂ ਨਾਲ ਜਾ ਕੇ ਗੱਲ ਹੋਊਗੀ ਠੀਕ ਹੈ ਉਹਨਾਂ ਗ੍ਰੀਵੈਂਸ ਸ਼ੇਅਰ ਕੀਤੀ ਜਾਊਗੀ ਠੀਕ ਹੈ ਜੀ ਆ ਜਾਨੋ ਰਮੇਸ਼ ਬਾਬੂ ਮੈਂ ਸੰਦੂਰ ਸਿੰਦੂਰੀ ਗਾਣੇ ਦੀ ਗੱਲ ਕੀਤੀ ਸੀ ਨਾ ਕਿ ਡਾਇਲੋਗ ਦੀ ਠੀਕ ਹੈ ਮੇਰਾ ਗਾਣਾ ਕੁਝ ਹੋਰ ਸੀ ਤੁਹਾਡੇ ਡਾਇਲੋਗ ਕੁਝ ਹੋਰ ਹੀ ਆ ਰਹੇ ਨੇ ਅ ਉੱਪਰ ਕਿਸ ਨੇ ਕੋਡਾ ਦੀ ਗੱਲ ਕੀਤੀ ਸੁਮਨ ਬਿਲਕੁਲ ਸਹੀ ਵੇ ਸੁਮੇਤ ਕੋਡਾ ਮੂਵੀ ਬਿਲਕੁਲ ਸਹੀ ਠੀਕ ਹੈ ਕੋਡਾ ਗਨ ਮੂਵੀ ਦੇਖਣੀ ਹੈ ਤਾਂ ਦੇਖ ਲਓ ਕਾਫੀ ਇੰਟਰਸਟਿੰਗ ਕਾਫੀ ਵਧੀਆ ਠੀਕ ਹੈ ਅ ਠੀਕ ਹੈ ਜਿਹਦੇ ਵਿੱਚ ਕੀ ਹੋਊਗਾ ਪਬਲਿਕ ਆਊਟਰੀਚ ਪ੍ਰੋਗਰਾਮ ਕੀਤਾ ਜਾਊਗਾ ਜਿਹੜਾ ਹਰ ਸਾਲ ਹੈਲਡ ਕੀਤਾ ਜਾਊਗਾ ਜਿਹਦੇ ਵਿੱਚ 135 ਰੀਜਨਲ ਆਫਿਸ ਆਫੀਸਰ ਆਉਣਗੇ ਉਹ ਕੀ ਕਰਨਗੇ ਵਿਜ਼ਿਟ ਕਰਨਗੇ ਕਾਰੇ ਲੋਕਾਂ ਨੂੰ ਜਾਣਗੇ ਕੰਟਰੀ ਦੇ ਵਿੱਚ ਹਰ 10 ਮਹੀਨੇ ਦੇ ਵਿੱਚ ਇੱਕ ਵਾਰ ਠੀਕ ਹੈ ਤਾਂ ਉਹਦੇ ਵਿੱਚ ਕੀ ਹੋਊਗਾ ਐਵਰੀ ਵਰਕਿੰਗ ਨੈਕਸਟ ਡੇ ਮਤਲਬ ਇੱਕ ਦਿਨ ਇਹਨੇ ਪ੍ਰੋਪਰ ਡਿਸਾਈਡ ਕੀਤਾ ਗਿਆ 10th ਆਫ ਐਵਰੀ ਮੰਥ ਹਰ ਮਹੀਨੇ ਦੀ ਜਿਹੜੀ 10 ਤਰੀਕ ਨੂੰ ਇਹ ਜਾਣਗੇ ਠੀਕ ਹੈ ਅਗਰ 10 ਤਰੀਕ ਨੂੰ ਛੁੱਟੀ ਆ ਰਹੀ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਆ ਵੀ ਇਹ ਨਹੀਂ ਜਾਣਗੇ ਤਾਂ 11 ਤਰੀਕ ਨੂੰ ਜਾਣਗੇ ਜਿਹੜਾ ਜਾ ਕੇ ਇਹਨਾਂ ਨੇ ਕੀ ਕਰਨਾ ਹੈ ਵੀ ਸਟੇਕ ਹੋਲਡਰ ਇਨਕਲੂਡ ਪੈਨਸ਼ਨਰ ਆ ਚਾਹੇ ਜੋ ਵੀ ਉਹਨਾਂ ਨੂੰ ਗ੍ਰੀਵੈਂਸ ਦੇਣਾ ਹੈ ਸੈਂਸਿਟਿਵ ਸਟੇਕਹੋਲਡਰ ਹੈ ਕਿ ਇਨੀਸ਼ੀਏਟਿਵ ਅੰਡਰਟੇਕਿੰਗ ਆਫ देयर ਇੰਟਰਸਟ ਇਨ ਬਾਏ EPF ਵੀ EPF ਉਹਦੇ ਵਿੱਚ ਜੋ ਵੀ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ ਵਾ ਜਿੰਨਾ ਵੀ ਉਹਨਾਂ ਦਾ ਪੈਸਾ ਲਾਇਆ ਉਹ ਕੱਲਾ ਕੱਲਾ ਹੋ ਜਾਂ ਕਿ ਮਿਲਣਾ ਗ੍ਰੀਵੈਂਸ ਦੇਣੀ ਹੈ ਮਤਲਬ ਉਹਨਾਂ ਨੂੰ ਸ਼ੋ ਕਰਨਾ ਹੈ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਡੀ ਸਪੋਰਟ ਹੈਗੀਏ ਇਹ ਸਾਰੇ ਚੀਜ਼ਾਂ ਅ ਵੈਸ ਸੁਮਿਤ ਮਾਈ ਫੇਵਰਿਟ ਓਕੇ ਠੀਕ ਹੈ ਮਤਲਬ ਥੱਪੜ ਵੀ ਫੇਵਰਿਟ ਹੋਊਗਾ ਉਹਦਾ ਕਿ ਥੱਪੜ ਨਹੀਂ ਫੇਵਰਿਟ ਠੀਕ ਹੈ ਇਹ ਨਿਧੀ ਆਪਕੇ ਨਿਕਟ ਪ੍ਰੋਗਰਾਮ ਸ਼ੁਰੂ ਉਹ ਓਕੇ ਸਬਰਨੰਦਾ ਸੋਨੋਵਾਲ ਲੋਚੀ ਸਿੰਗਲ ਵਿੰਡੋ ਨੈਸ਼ਨਲ ਲੌਜਿਸਟਿਕ ਪੋਰਟਲ ਹਾਂਜੀ ਸਿੰਗਲ ਵਿੰਡੋ ਨੈਸ਼ਨਲ ਲੌਜਿਸਟਿਕ ਪੋਰਟਲ ਹੈ ਜਿਹੜਾ ਮਰੀਨ ਲਈ ਉਹ ਇੱਕ ਸਟਾਰਟ ਕੀਤਾ ਗਿਆ ਕਿਹਦੇ ਦੁਆਰਾ ਸਟਾਰਟ ਕੀਤਾ ਗਿਆ ਤਾਂ ਯੂਨੀਅਨ ਮਿਨਿਸਟਰੀ ਆਫ ਪੋਰਟ ਸ਼ਿਪਿੰਗ ਐਂਡ ਵਾਟਰਵੇਜ਼ ਦੁਆਰਾ ਠੀਕ ਹੈ ਯੂਨੀਅਨ ਮਿਨਿਸਟਰੀ ਆਫ ਪੋਰਟ ਪੋਰਟ ਸ਼ਿਪਿੰਗ ਐਂਡ ਵਾਟਰਵੇਜ਼ ਦੇ ਅਗਰ ਦੇਖਿਆ ਜਾਵੇ ਤਾਂ ਕੋਲ ਮਿਨਿਸਟਰੀ ਤਾਂ ਆਪਣੇ ਕੋਲ ਕਿਹਾ ਜੂਗਾ ਸ਼੍ਰੀ ਸਬਰਨੰਦਾ ਸੋਨੋਵਾਲ ਠੀਕ ਹੈ ਉਹਨਾਂ ਦੁਆਰਾ ਇਹ ਕਿ ਸ਼ੁਰੂ ਕੀਤਾ ਗਿਆ ਕੀ ਹੈ ਨੈਸ਼ਨਲ ਲੌਜਿਸਟਿਕ ਪੋਰਟਲ ਮਰੀਨ ਉਹ ਨੈਸ਼ਨਲ ਲੌਜਿਸਟਿਕ ਪੋਰਟ ਮਰੀਜ਼ ਦੀ ਗੱਲ ਕਰੀ ਤਾਂ ਇਹਦੇ ਵਿੱਚ ਕੀ ਹੋਊਗਾ ਕਾਫੀ ਈਜ਼ੀ ਹੋ ਜਾਊਗਾ ਡੀਲਿੰਗ ਕਰਨਾ ਕੰਮ ਕਰਨਾ ਜਿਹਦੇ ਵਿੱਚ ਐਦਾਂ ਨਹੀਂ ਸਿਰਫ ਤਾਂ ਸਿਰਫ ਸ਼ਿਪਿੰਗ ਲਈ ਜਿਹੜੇ ਕਲੈਰੀਕਲ ਵਰਕ ਆ ਉਹਨਾਂ ਲਈ ਵੀ ਠੀਕ ਹੈ ਕੀ ਹੋਊਗਾ ਆਈਟੀ ਅਚੀਵਰ ਈਜ਼ੀ ਹੋ ਜਾਣਗੇ ਠੀਕ ਹੈ ਫਾਸਟਰ ਹੋ ਜਾਊਗਾ ਮੋਰ ਕੰਪੀਟੀਟਿਵ ਆਫਿਸ ਸਰਵਿਸ ਹੋ ਜਾਊਗੀ ਠੀਕ ਹੈ ਇੰਪਰੂਵ ਐਫੀਸ਼ੀਐਂਸੀ ਵੀ ਇੰਪਰੂਵ ਹੋਊਗੀ ਟ੍ਰਾਂਸਪਰੈਂਸੀ ਬਾਇ ਰਿਡਿਊਸਿੰਗ ਦੀ ਕੋਸਟ ਉਹ ਤਾਂ ਇਸ ਪ੍ਰੈਸਿਸ ਕਿ ਇਹ ਵੀ ਜੋ ਵੀ ਪੈਸਾ ਆਪਾਂ ਲਗਾ ਰਹੇ ਆ ਜਾਂ ਜੋ ਵੀ ਚੀਜ਼ ਆ ਜੋ ਵੀ ਡਿਟੇਲ ਆ ਉਹ ਸਾਰੀ ਤੁਹਾਨੂੰ ਦਿਖਾਈ ਜਾਊਗੀ ਐਦਾਂ ਨਹੀਂ ਵੀ ਕੋਈ ਵੀ ਚੀਜ਼ ਲੁਕੋ ਕੇ ਰੱਖੀ ਜਾਵੇ ਤਾਂ ਉਹ ਹਮੇਸ਼ਾ ਕੀ ਹੁੰਦਾ ਹੈ ਟਰਾਂਸਪਰੈਂਸੀ ਦੇ ਵਿੱਚ ਆ ਜਾਂਦਾ ਹੈ ਉਹ ਚੀਜ਼ ਕਟਾਈ ਜਾਊਗੀ ਠੀਕ ਹੈ ਤਾਂ ਕਿ ਕੋਸਟ ਕਟਾਈ ਜਾਵੇ ਟਰਾਂਸਪਰੈਂਸੀ ਮਤਲਬ ਹਰ ਚੀਜ਼ ਤੁਹਾਨੂੰ ਦਿਖਾਤਾ ਵੀ ਇਸ ਚੀਜ਼ ਤੇ ਅਨੇ ਚਾਰਜਸ ਲੱਗੇ ਆ ਇਸ ਚੀਜ਼ ਤੇ ਅਨੇ ਚਾਰਜਸ ਲੱਗੇ ਤਾਂ ਕੀ ਰਿਹਾ ਗਿਆ ਟਰਾਂਸਪਰੈਂਸੀ ਦੇ ਵਿੱਚ ਉਹਨਾਂ ਦਾ ਮੇਨ ਫੋਕਸ ਕੀ ਹੋਊਗਾ ਵੀ ਕੋਸਟ ਨੂੰ ਘਟਾ ਦਿੱਤਾ ਜਾਵੇ ਉਹ ਜੇ ਕੋਸਟ ਨੂੰ ਘਟਾ ਦਿੱਤਾ ਜਾਵੇ ਤਾਂ ਉਹਨਾਂ ਦਾ ਹੋਰ ਇਹ ਕੀ ਕਰਨਗੇ ਜਿਹੜਾ ਟਾਈਮ ਹੈ ਟ ਨੇ ਜਿਹੜੀਆਂ ਪੋਰਟ ਤੇ ਆ ਕੇ ਖੜੀਆਂ ਨੇ ਉਹ ਖੜੀਆਂ ਨੇ ਮਤਲਬ ਮੈਕਸਿਮਮ ਟੂ ਮੈਕਸਿਮਮ ਉਹ ਕੰਮ ਦੇ ਵਿੱਚ ਲੱਗੇ ਨੇ ਜ਼ਿਆਦਾਤਰ ਮੇਨਿੰਗ ਦਾ ਕੰਮ ਹੈ ਠੀਕ ਹੈ ਇਹਦੇ ਨਾਲ ਹੀ ਅਗਰ ਦੇਖਿਆ ਜਾਵੇ ਤਾਂ ਪੀਆ ਬਲੋ ਗਤੀ ਗਤੀ ਨੈਸ਼ਨਲ ਸੌਰੀ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਵੀ ਲਾਂਚ ਕੀਤਾ ਗਿਆ ਸੀ 2021 ਦੇ ਵਿੱਚ 2 ਸਾਲ ਪਹਿਲਾਂ ਠੀਕ ਹੈ ਕੋਲੋ 15 ਅਗਸਤ ਨੂੰ ਹੀ ਕੀਤਾ ਗਿਆ ਸੀ ਉਹ ਵੀ ਠੀਕ ਹੈ ਉਹਦਾ ਜਿਹੜਾ ਮੇਨ ਕੰਮ ਸੀਗਾ ਉਹਦਾ ਕੀ ਸੀਗਾ ਪ੍ਰੋਵਾਈਡ ਸਿਸਟਮੈਟਿਕ ਮਤਲਬ ਹਰ ਕੰਮ ਜਿਹੜਾ ਸਿਸਟਮੈਟਿਕ ਹੋਵੇ ਠੀਕ ਹੈ ਕਨੈਕਟੀਵਿਟੀ ਹਰ ਅਲੱਗ-ਅਲੱਗ ਚੀਜ਼ ਨਾਲ ਕਨੈਕਟੀਵਿਟੀ ਹੋਵੇ ਸਾਰੀ ਚ ਤਰਾਉ ਵਧੀਆ ਹੋਵੇ ਜੇ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਆਮ ਲੋਕਾਂ ਦੇ ਵਿੱਚ ਜਿਹੜੀ ਮੂਵਮੈਂਟ ਹੈ ਜਿਹੜੇ ਕੰਮ ਹੈ ਉਹ ਵੀ ਵਧੀਆ ਤਿੱਕਣਾ ਹੋਣ ਤਾਂ ਕਿ ਜਿਹੜੀ ਮੂਵਮੈਂਟ ਸਹੀ ਹੈ ਉਹ ਚੱਲਦੀ ਰਹੇ ਇਹਦੇ ਕਰਕੇ ਜਿਹੜੀਆਂ ਮੈਨ ਇਹ ਅ ਮਤਲਬ ਇਹ ਪੋਰਟਲ ਵੀ ਸ਼ੁਰੂ ਕੀਤਾ ਗਿਆ ਸੀਗਾ ਠੀਕ ਹੈ ਇੰਪਲੀਮੈਂਟੇਸ਼ਨ ਕਦੋਂ ਹੋਇਆ ਛੱਡੋ ਯੂਸ ਇਹਦਾ ਯੂਸ ਜਿਵੇਂ ਤੁਹਾਨੂੰ ਆਰਡਰ ਹੀ ਦੱਸਦਾ ਸਿੰਗਲ ਵਿੰਡੋ ਯੂਸ ਆ ਸਿੰਗਲ ਵਿੰਡੋ ਯੂਸ ਦੇ ਵਿੱਚ ਇਹ ਦੇ ਵਿੱਚ ਕੀ ਹੋਊਗਾ ਜਿੰਨੇ ਵੀ ਬਿਜ਼ਨਸ ਹੋਣਗੇ ਜਿਹੜੇ ਵੀ ਹੋਣਗੇ ਉਹ ਇੱਕੋ ਜਗ੍ਹਾ ਤੇ ਇੱਕ ਮਤਲਬ ਕੰਮ ਕੀਤੇ ਜਾਣਗੇ ਠੀਕ ਹੈ ਅ ਈ-ਮਾਰਕੀਟ ਵੀ ਕਰ ਸਕਦੇ ਆ ਈ-ਮਾਰਕੀਟ ਦਾ ਮਤਲਬ ਕੀ ਹੈ ਈ-ਮਾਰਕੀਟ ਦਾ ਮਤਲਬ ਇਹ ਹੈ ਵੀ ਆਪਾਂ ਤੁਸੀਂ ਆਨਲਾਈਨ ਵੀ ਅਪਲਾਈ ਕਰਕੇ ਚੀਜ਼ਾਂ ਨੂੰ ਮਤਲਬ ਪ੍ਰੋਵਾਈਡ ਕਰ ਸਕਦੇ ਹੋ ਜਾਂ ਗੇਨ ਕਰ ਸਕਦੇ ਹੋ ਜਿਹੜੀ ਆਪਣੀ ਚੈੱਕ ਕਰ ਸਕਦੇ ਹੋ ਵੀ ਕਿਹਦੀ ਕਾਰਗੋ ਸ਼ਿਪ ਤੇ ਵੀ ਤੁਸੀਂ ਜਿਹੜਾ ਕੰਟੇਨਰ ਭੇਜਣਾ ਜਾਂ ਇਹ ਦੀ ਚੀਜ਼ਾਂ ਜਿਹੜੀਆਂ ਵੀ ਉਹ ਸਾਰੀ ਚੀਜ਼ਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਮਰੀਨ ਇਹ ਸਾਰਾ ਆ ਗਿਆ ਓਕੇ ਨੈਕਸਟ ਅ ਜੀ ਤਾਂ ਮੇਰਾ ਇੱਕ ਕੁਐਸਚਨ ਹੈ ਚਲੋ ਜੀ ਨੈਕਸਟ ਦੇਖੋ ਆਪਣੇ ਕੋਲ ਕੀ ਹੈ ਸੂਰਜ ਕੁਮਾਰ ਯਾਦਵ ਬਿਕਮਸ ਦੀ ਬੈਸਟ ਮੇਲ ਟੀ20 ਕ੍ਰਿਕਟ ਪਲੇਅਰ ਆਫ ਦੀ 2022 ਹਾਂਜੀ ਬੈਸਟ ਕ੍ਰਿਕਟ ਪਲੇਅਰ ਬਣ ਚੁੱਕਿਆ ਕਿਹੜੇ ਇਅਰ ਦੇ 2022 ਇਅਰ ਦੇ ਕਿਹੜੇ ਪਲੇਅਰ ਦੀ ਗੱਲ ਕਰ ਰਹੇ ਆਪਾਂ ਸੂਰਜ ਕੁਮਾਰ ਯਾਦਵ ਦੀ ਗੱਲ ਕਰ ਰਹੇ ਜਾਨੋ ਸ਼ੋਰਟ ਫਾਰਮ ਦੀ ਗੱਲ ਕਰੀਏ ਸਕਾਈ ਦੇ ਨਾਮ ਨਾਲ ਉਹ ਕਾਫੀ ਜਨੇ ਮਸ਼ਹੂਰ ਨੇ ਲੇਕਿਨ ਕਿਹੜੇ ਫਾਰਮੈਟ ਦੇ ਵਿੱਚ ਗੱਲ ਕਰ ਰਹੇ ਆਪਾਂ ਟੀ20 ਫਾਰਮੈਟ ਦੇ ਵਿੱਚ ਵਾ ਮੇਰੇ ਸਕਾਈ ਬੋਲੋ ਤਾਂ ਪਹਿਲਾਂ ਹੀ ਥੋੜਾ ਸਕਾਈ ਕਮੈਂਟ ਆ ਗਿਆ ਸੀ ਬੜੇ ਤੇਜ਼ ਹਾਂ ओके अच्छा ठीक है उन्हें जो की मिला बेस्ट मेल टी20 क्रिकेट का अवार्ड मिला मतलब 2022 दे ईयर दा ठीक है ताओ किनु मिल गया सूर्य कुमार यादव मिल गया लेकिन एक कीरेच गल कर रहा आपा मेल्स दे विच गल कर रहे लेकिन अगर मैं एही फीमेल्स दे विच गल करा या वुमेन्स दे विच गल करा ता वुमेन्स दे विच ए अवार्ड किनु मिलया ता वुमेन्स दे विच ए अवार्ड किनु मिलया ता आपने कोल की आजूगा तहिलिया मैग्राथ ਟਾਇਲਿਆ ਮੈਕਰਾਥ ਨੂੰ ਕਿਹਨੇ ਮਿਲਿਆ ਫੀਵਨ T20 ਕੀ ਕ੍ਰਿਕਟਰ ਆਫ ਦਿイヤー 2022 ਉਹਦਾ ਅਵਾਰਡ ਕਿਨੂੰ ਮਿਲਿਆ ਹੈ ਟਾਇਲਿਆ ਮੈਕਰਾਥ ਨੂੰ ਮਿਲਿਆ ਠੀਕ ਹੈ ਸੁਰੇਸ਼ ਕੁਮਾਰ ਯਾਦਵ ਤੇ ਟਾਇਲਿਆ ਮੈਕਰਾਥ ਨੂੰ ਹੈ ਦੋਨਾਂ ਨੂੰ ਇਹ ਅਵਾਰਡ ਮਿਲੇ ਠੀਕ ਹੈ ਬਾਕੀ ਅਵਾਰਡਸ ਦੀ ਪੂਰੀ ਲਿਸਟ ਹੈ ਕਿਹੜੇ ਕਿਹੜੇ ਅਵਾਰਡ ਕਿਨੂੰ ਮਿਲਿਆ ਠੀਕ ਹੈ ਬੈਂਸਟ੍ਰੋਕ ਦੀ ਗੱਲ ਕਰੀਏ ਜੋ ਇੰਗਲੈਂਡ ਦੇ ਨੇ ਉਹਨਾਂ ਨੂੰ ਬੈਸਟ ਟੈਸਟ ਟੈਸਟ ਕ੍ਰਿਕਟ ਆਫ ਦਿイヤー ਦਾ ਅਵਾਰਡ ਮਿਲਿਆ ਠੀਕ ਹੈ ODI ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਹੈ ਤਾਂ ਆਪ ਨੂੰ ਬਾਬਰ ਆਜ਼ਮ ਨੂੰ ਮਿਲਿਆ ਜੋ ਪਾਕਿਸਤਾਨ ਤੋਂ ਨੇ ਠੀਕ ਹੈ ਅਗਰ ਆਪ ODI ਕ ਰੈਚਡ ਹੇਨੋ ਫਿਲਟ ਫਲਿੰਟ ਟ੍ਰੋਫੀ ਆਦਰ ਤੇ ਇਹਦੀ ਗੱਲ ਕਰੀਏ ਸਰਜ ਗ੍ਰੈਫਿਲ ਰੋਬਰਟ ਟ੍ਰੋਫੀ ਸੀ ਤਾਂ ਅਲੱਗ ਅਲੱਗ ਟ੍ਰੋਫੀ ਦੇ ਅਲੱਗ ਅਲੱਗ ਅਵਾਰਡ ਜਿਹੜੇ ਇਸ ਵਾਰ ਡਿਸਟ੍ਰਿਬਿਊਟ ਹੋਏ ਨੇ ਤਾਂ ਇੱਕ ਵਾਰੀ ਹੈ ਗੋ ਥਰੂ ਹੋ ਜਿਓ ਨੈਕਸਟ ਦੇਖੋ ਆਪਣੇ ਕੋਲ ਕੀ ਹੈ ਬ੍ਰਾਜ਼ੀਲੀਅਨ ਪੇਅਰ ਲੂਸੀਆ ਸਟੈਫਨੀ ਐਂਡ ਰਫਾਲ ਮਟੋਸ ਵੋਨ ਦੀ ਮਿਕਸ ਡਬਲ ਟਾਈਟਲ ਆਫ ਆਸਟ੍ਰੇਲੀਆ ਓਪਨ ਹਾਂ ਜੀ ਮਿਕਸ ਡਬਲ ਟਾਈਟਲ ਆਫ ਆਸਟ੍ਰੇਲੀਆ ਓਪਨ ਜਿੱਤਿਆ ਗਿਆ ਇਹਨਾਂ ਦੁਆਰਾ ਯਾਸਪ੍ਰੀਤ ਤੂੰ ਹੁੰਦਾ ਯਾ ਤੁਸੀਂ ਹੁੰਦਾ ਅੱਛਾ ਜੀ ਐਸ 4 ਸੂਰਿਆ ਕੇ 4 ਕੁਮਾਰ ਐਂਡ ਵਾਈ 4 ਯਾਦਵ ਥੈਂਕ ਯੂ ਮੁਸਾਦ ਮੈਨੂੰ ਪਤਾ ਨਹੀਂ ਸੀ ਕੀ ਮਤਲਬ ਹੈ ਤੂੰ ਪੰਜਾਬੀ ਚ ਹੁੰਦਾ ਅੱਛਾ ਹੰਦਸ ਤੁਹਾਡਾ ਆਪਣਾ ਹੀ ਚੱਲ ਰਿਹਾ ਉਹਦੇ ਨਾਲ ਮਤਲਬ ਗੁਰਪ੍ਰੀਤ ਵਿਨੇ ਸਾਡੀ ਗੁਰਬਾਣੀ ਚ ਤੂੰ ਸ਼ਬਦ ਯੂਜ਼ ਫੋਰ ਗੋਡ ਜੀ ਗੋਡ ਜੀ अच्छा जी रब जी ਵੀ ਲਿਖ ਸਕਦਾ ਜਿੱਥੇ ਨਹੀਂ ਪੰਜਾਬੀ ਲਿਖਤੀ ਠੀਕ ਹੈ ਗੌਰ ਜੀ ਲੇ ਵੀ ਸਹੀ ਹੈ ਹਾਂਜੀ ਉਹਨੇ ਅਗਰ ਆਪਾਂ ਗੱਲ ਕਰੇ ਕਿ ਦੀ ਗੱਲ ਕਰੀਏ ਮਿਕਸ ਡਬਲ ਦੇ ਟਾਈਟਲ ਦੀ ਗੱਲ ਕਰੀਏ ਆਸਟ੍ਰੇਲੀਆ ਓਪਨ ਦਾ ਜਿਹੜਾ ਮਿਕਸ ਡਬਲ ਟਾਈਟਲ ਹੈ ਹੁਣ ਇਹਦੇ ਵਿੱਚ ਆਪਾਂ ਨੂੰ ਕਿਉਂ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚ ਅਗਰ ਜਿਹੜੇ ਜਨਰਲ ਪੇਅਰ ਲਿਆ ਸੀ ਉਹ ਵੀ ਆਪਣੇ ਲਈ ਇੰਪੋਰਟੈਂਟ ਹੈ ਜੇ ਵੀਨਰ ਦੀ ਗੱਲ ਕਰੀਏ ਵੀਨਰ ਆਪਣੇ ਕੋਲ ਕੌਣ ਰਿਹਾ 루ਸੀਆ ਸਟੈਫੋਨੀ ਐਂਡ ਰਫਾਲ ਜਿਹੜੇ ਆ ਉਹ ਵੀਨਰ ਨੇ ਠੀਕ ਹੈ 루ਸੀਆ ਸਟੈਫੋਨੀ ਐਂਡ ਰਫਾਲ ਆ ਜਿਹੜੇ ਵੀਨਰ ਨੇ ਲੇਕਿਨ ਅਗਰ ਮੈਂ ਇਹ ਪੁੱਛਾਂ ਵੀ ਇਹਨਾਂ ਨੂੰ ਇਹਨਾਂ ਨੇ ਕਿੰਨਾਂ ਨੂੰ ਹਰਾ ਕੇ ਇਹ ਵੀਨਰ ਰਿਹਾ ਤਾਂ ਆਪਣੇ ਕੋਲ ਕੀ ਆ ਹੇ ਕੀ ਬਣਨੇ ਵਿਨਰ ਬਣਨੇ ਜਿਸ ਜਿਹੜਾ ਕੀ ਹੈ ਅਗਰ ਫਰਦਾ ਫੋਕਸ ਕੀਤਾ ਜਾਊਗਾ ਆਪਣੇ ਲਈ ਕਿ ਸਾਨੀਆ ਮਿਰਜ਼ਾ ਦਾ ਇਹ ਕੀ ਸੀ ਲਾਸਟ ਮੈਚ ਸੀ ਇਸ ਤੋਂ ਬਾਅਦ ਉਹਨਾਂ ਨੇ ਕੀ ਹੈ ਰਿਟਾਇਰਮੈਂਟ ਲੈ ਲਈਏ ਇਸ ਤੋਂ ਬਾਅਦ ਉਹਨਾਂ ਨੇ ਕੀ ਹੈ ਰਿਟਾਇਰਮੈਂਟ ਲਈਏ ਤੇ ਇਹਨਾਂ ਦਾ ਕੀ ਹੈ ਫਰਸਟ ਗ੍ਰੈਂਡ ਸਲੈਮ ਇਹਨਾਂ ਦਾ ਹੈ ਜਿੱਤਾ ਗਿਆ ਕਿਹਦਾ ਵਾਲਾ ਲੂਸੀਆ ਸਟੈਫਨੀ ਐਂਡ ਰਫਾਲ ਦਾ ਹੈ ਸਭ ਤੋਂ ਪਹਿਲਾ ਇਹ ਜਿਹੜਾ ਮੇਡ ਇਨ ਉਹਨਾਂ ਰਾ ਕੀ ਹੈ ਗ੍ਰੈਂਡ ਸਲੈਮ ਟਾਈਟਲ ਹੈ ਜਿਹੜਾ ਦਿੱਤਾ ਗਿਆ ਕਿੱਥੇ ਮੈਲਬਨ ਪਾਰਕ ਦੇ ਵਿੱਚ ਠੀਕ ਹੈ ਸਾਨੀਆ ਦਾ ਲਾਸਟ ਗ੍ਰੈਂਡ ਸਲੈਮ ਸੀ ਬਿਲਕੁਲ ਜੀ ਬਿਲਕੁਲ ਸਾਨੀਆ ਦਾ ਲਾਸਟ ਗ੍ਰੈਂਡ ਸਲੈਮ ਸੀ 16 ਦੇ ਵਿੱਚ ਦਿੱਤਾ ਸੀਗਾ ਸਾਣੀਆਂ ਸ਼ੀ ਵਨ ਆਸਟ੍ਰੇਲੀਆ ਓਪਨ ਡਬਲ ਟਾਈਟਲ ਇਨ 2016 ਦੇ ਵਿੱਚ ਉਹਨਾਂ ਨੇ ਜਿੱਤਿਆ ਗਿਆ ਸੀ ਕਿਰਿਸ਼ਵਰ ਜਿੱਤਿਆ ਸੀ ਮਾਰਟੀਨਾ ਹੀਗਨਸ ਨਾਲ ਉਹਨਾਂ ਨੇ ਪਲੇ ਕੀਤਾ ਸੀ ਜਿਹੜਾ ਦੁਆਰਾ ਜਿੱਤੇ ਗਿਆ ਸੀ 2009 ਦੇ ਵਿੱਚ ਵੀ ਇਹਨਾਂ ਨੇ ਆਸਟ੍ਰੇਲੀਆ ਮਿਕਸ ਡਵਲੋਪਰ ਜਿੱਤਿਆ ਸੀ ਉਹ ਕਿੰਨਾ ਜਿੱਤਿਆ ਸੀ ਮਹੇਸ਼ ਭੂਪਤੀ ਨਾਲ ਜਿੱਤਿਆ ਸੀ ਕਿਰਿ ਨਾਲ ਮਹੇਸ਼ ਭੂਪਤੀ ਨਾਲ ਉਹਨਾਂ ਨੇ ਮਿਲ ਕੇ ਹੀ ਜਿੱਤਿਆ ਸੀ ਠੀਕ ਹੈ ਹ ਅਨਾਉਂਸਰ ਰਿਟਾਇਰਮੈਂਟ ਤੇ ਉਹ ਆਪਣੀ ਗੁੱਡਬਾਈ ਕਰ ਦਨਗੇ ਠੀਕ ਹੈ ਦੁਬਈ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਦੁਬਈ ਚੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਪੱਕੀ ਹੀ ਗੁੱਡਬਾਈ ਹੋ ਜੂਗੀ ਠੀਕ ਹੈ ਉਹਨਾਂ ਦੀ ਓਕੇ ਜੀ ਬਿਲਕੁਲ ਜੀ ਬਿਲਕੁਲ ਲਾਸਟ ਮੈਚ ਯੂਏਈ ਦੇ ਵਿੱਚ ਹੈ ਟੈਨਿਸ ਦਾ ਜਿਹੜੇ ਵਿੱਚ ਉਹਨਾਂ ਦੀ ਪੱਕੀ ਗੁੱਡਬਾਈ ਹੋ ਜੂਗੀ ਮਤਲਬ ਉਹਨਾਂ ਦਾ ਕੀ ਸੀ ਲਾਸਟ ਸੀਗਾ ਜਿਹੜੇ ਕਰਕੇ ਉਹਨਾਂ ਨੇ ਮੈਂਸ਼ਨ ਕੀਤਾ ਸੀ ਅ ਓਕੇ ਜੀ ਗੁੱਡ ਬਾਏ ਜੀ ਬਿਲਕੁਲ ਜੀ ਬਿਲਕੁਲ ਚਲੋ ਜੀ ਦੈਟਸ ਆਲਸੋ ਫॉर ਟੁਡੇ ਟੇਕ ਕੇਅਰ ਬਾਏ ਬਾਏ ਸੀ ਯੂ ਐਂਡ ਜੈ ਹਿੰਦ ਗੱਲਾ ਘਟ ਮਾਰਿਆ ਕਰ ਨਾਲੇ ਠੀਕ ਹੈ ਆਦਿਓ ਸਭੀ ਕੋ ਬਿਲਕੁਲ ਜੀ ਬਿਲਕੁਲ ਆਦਿਓਸ